आ प्या तड़ी चौल खा के किवें लग्या घराड़े मारना। जामन दी समय पे ने बादशाह मौज नाल घराड़े मार दिया। ओ यादव उठो, ओ यादव सुनदा नहीं तेनू, वे उठ जा, उठ खड़ा, चौल खानी जात। Wake up, you outcast, sad, khani jat. हाँ, साग खानी जात दे टैक्स ते पड़दा थोड़ा कनेडा, बाकी सब साध ते सुत्ते पे जट नूं नहीं छेड़ीदा। I am the owner of this farm. I सरपंच पिंड दा। तू मेरा नुकसान कीता? कोई नुकसान नहीं कीता, मैं स्प्रे कीती है। You were supposed to spray the grass, not the crops. Are you stupid? ओए, गाल नहीं कटनी। मैं छड़े तेरा काम, मेरा हिसाब किताब कर। Yeah, you're talking about your salary, right? Yeah. Okay. I have your hisab kitab. $780 ले लेने ने मतलब Kamada Nakarda दुश्मन Anarda Anarda नहीं अनाज होंदा है। Shut up! You owe me $780 at the end of the week, or I'll take legal action against you. लावे सरपंच साहब दा तां कटिया गया फरला। सरपंचियां सरपंचियां तां रह गईयां पिंड च, इत्थे तां गोरियां मूरे निम के काम करना पैंदा। निम के गोटियां होंदियां ने सरपंचियां नी। Run the record. पढ़ने आ तेरे अख नू लाइटली ना ले जी जट नू ओदा दीव्या तो डरू गल सूरजां दी करू सोच जी दी छोटी अलड़े मर्जी दे मालकां दी इकलियां दे मालकां ना बंदी नी बहुती अलड़े सच बोलना सिखाया साडे बापू ने दस एदे विच साडा की कसूर है गल कौड़ी भावे होवे मूंह ते ठोकिए टोला माफिए दे नाम तो मशहूर है ना ही आप लाया चिट्टा ना किसे नू लाउण दित्ता चूस जांदा वोटी वोटी अलड़े मर्जी दे मालकां दी इकलियां दे मालकां ना बणदी बहुती अलड़े ਸੈਫੀ ਆਪਣੇ ਮਮ ਡੈਡ ਆਪਾਂ ਨੂੰ ਲੈਣ ਕਿਉਂ ਨਹੀਂ ਆਉਂਦੇ ਐਟਲੀਸਟ ਤੇਰੇ ਦਾਦੂ ਲੈਣ ਆਉਂਦੇ ਹੋ ਮੇਰੇ ਤੇ ਦਾਦੂ ਵੀ ਨਹੀਂ ਲੈਣ ਆਉਂਦੇ ਤੇਰੇ ਦਾਦੂ ਤੈਨੂੰ ਲੈਣ ਕਿਉਂ ਨਹੀਂ ਆਉਂਦੇ ਕਿਉਂਕਿ ਉਹ ਪੰਜਾਬ ਰਹਿੰਦੇ ਆ ਨਾ ਤਾਂ ਕਰਕੇ ਅੱਛਾ ਤੁਸੀਂ ਫਿਰ ਉਹਨਾਂ ਨੂੰ ਕੈਨੇਡਾ ਬੁਲਾ ਲਓ ਮੇਰੇ ਪਾਪਾ ਤਾਂ ਚਾਹੁੰਦੇ ਮੇਰੀ ਮੰਮੀ ਕਹਿੰਦੀ ਆ ਬੁੜਾ ਨਹੀਂ ਆਉਣਾ ਚਾਹੀਦਾ ਹੈ ਦਾਦੂ ਨੂੰ ਬੁੜਾ ਵੀ ਕਹਿੰਦੇ ਆ ਹਾਂ ਮੇਰੀ ਮੰਮਾ ਉਹਨਾਂ ਨੂੰ ਬੁੜਾ ਬੋਲਦੀ ਆ ਚੱਲ ਸੈਫੀ ਚੱਲੀਏ ਸਾਡੇ ਵਾਲਾ ਬੁੜਾ ਵੀ ਆ ਗਿਆ ਚੱਲ ਵੀਰੇ ਚਲਾ ਮੇਰੇ ਪੁੱਤ ਆ ਜਾ ਦਾਦੂ ਆ ਬੋਰਡ ਤੇ ਆਪਣੀ ਪੰਜਾਬੀ ਜਮਾ ਥੱਲੇ ਕਾਤੋਂ ਲਿਖੀ ਹੋਈ ਆ ਓਏ ਪੁੱਤ ਇਹ ਅੰਗਰੇਜ਼ਾਂ ਦਾ ਮੁਲਕ ਹੈ ਇੱਥੇ ਰੱਖਣ ਦੇ ਇਹਨਾਂ ਨੂੰ ਆਪਣੀ ਅੰਗਰੇਜ਼ੀ ਉੱਤੇ ਫਿਕਰ ਨਾ ਕਰ ਤੂੰ ਮੇਰੇ ਨਾਲ ਪੰਜਾਬ ਜਾਏਗਾ ਨਾ ਆਪਾਂ ਨੇ ਜਾਂਦੇ ਸਾਰ ਇਹਨਾਂ ਦੀ ਅੰਗਰੇਜ਼ੀ ਢਾ ਲੈਣੀ ਹੈ ਅੰਗਰੇਜ਼ੀ ਥੱਲੇ ਤੇ ਪੰਜਾਬੀ ਉੱਤੇ ਵਾਹ ਬਈ ਵਾਹ ਸ਼ਾਬਾਸ਼ ਦਾਦੂ ਇਸੇ ਗੱਲ ਤੇ ਨਾ ਇੱਕ ਬਰਗਰ ਖਵਾ ਦਿਓ
ਉਹ ਇਹ ਕੋਈ ਖਾਣ ਵਾਲੀ ਚੀਜ਼ ਹੈ? ਬਰਗਰ ਬਹੁਤ ਗੰਦੀ ਚੀਜ਼ ਹੁੰਦੀ ਹੈ। ਤੂੰ ਨਾ ਘਰ ਜਾ ਕੇ ਆਪਣੀ ਮਾਂ ਦੇ ਹੱਥ ਦੀਆਂ ਪੱਕੀਆਂ ਖਾਈ। ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ। ਕਿਸੇ ਦੀ ਐਂਟਰੀ ਕੋੜੇ 'ਤੇ ਹੁੰਦੀ ਹੈ, ਕਿਸੇ ਦੀ ਜੀਪ 'ਤੇ ਹੁੰਦੀ ਹੈ, ਕਿਸੇ ਦੀ ਬੰਬੂ ਗਾਰਡ 'ਤੇ ਹੁੰਦੀ ਹੈ। ਸਾਲਾਂ ਨੇ ਮੇਰੀ ਬੇਲਣੇ ਦੀ ਕਰਤੀ। ਮਰਜ਼ੀ ਹੈ। ਓਏ ਹੋਏ 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 ਸਿੱਖ ਲਾ ਵਿਕਰਮ ਸਿੰਘ, ਸਾਰੀ ਉਮਰ ਇਹੀ ਕੰਮ ਆਉਣਾ। ਵਿਕਰਮ ਵਿਕਰਮ ਇਹ ਕੀ ਆ? ਹਾਂ ਕੀ ਕਿੱਦਿਆਂ ਦੀ ਰਾਣੀ? ਰੋਟੀ ਵਾਲੇ ਡੱਬੇ 'ਚ ਤਰਫ ਪਾਈ ਹੋਈ ਆ, ਬਾਥਰੂਮ 'ਚ ਕੁਰਸੀ ਡਾਈ ਹੋਈ ਆ, ਕੱਲ ਫ੍ਰਿਜ 'ਚ ਜਰਾਬਾਂ ਰੱਖੀਆਂ ਹੋਈਆਂ ਸੀ, ਤੇ ਹੁਣ ਕੱਪੜੇ ਧੋਣ ਵਾਲੀ ਮਸ਼ੀਨ 'ਚ ਆ ਦਾਰੂ ਦੀ ਬੋਟਲ ਕੀ ਕਰ ਗਿਆ? ਰੋਟੀ ਬਣ ਗਈ, ਦਿਓ ਜਲਦੀ। ਚੱਕ ਫੁਲਕਾ। ਇਹ ਰੋਟੀ ਗੋਲ ਕਾਹਤੋਂ ਨਹੀਂ? ਤਾਂ ਖਾਣੀ ਹੈ ਕਿ ਰੋੜਨੀ ਹੈ? ਖਾ ਲਾ ਖਾ, ਐਂ ਕਾਹਤੇ ਕਰਦੀ ਹੈ? ਤੁਹਾਡੀ ਮੁੱਛ ਦਾ ਵਾਲ ਦਾਲ 'ਚ ਤਾੜੀਆਂ ਮਾਰਦਾ ਫਿਰਦਾ ਹੈ, ਤਾਂ ਕਰਦੀ ਹੈ, ਕੋਈ ਕੰਮ ਨਹੀਂ ਚੱਜ ਨਾਲ ਹੁੰਦਾ। ਹੁਣ ਯਾਰ ਮੈਂ ਕਿਹੜਾ ਲਾਂਗ ਰਹੀ ਹਾਂ, ਮੈਂ ਤਾਂ ਡਰਾਈਵਰੀ ਕਰਦਾ ਸੀ। ਉਹ ਵੀ ਚੱਜ ਨਾਲ ਨਹੀਂ ਹੋਈ, ਦਾਰੂ ਪੀ ਕੇ ਠੋਕਦਾ ਟਰੱਕ। ਰੋਟੀ ਪੈਕ ਕਰੋ, ਮੈਂ ਜਾਣਾ ਕੰਮ 'ਤੇ। ਓ ਮਾਈ ਗੋਡ, ਘਰ ਦੀ ਕਿਸ਼ਤ, ਕਾਰ ਦੀ ਕਿਸ਼ਤ, ਲਵੀ ਦੀ ਸਕੂਲ ਫੀਸ, ਸਾਰੇ ਖਰਚੇ ਸਿਰ 'ਤੇ ਆਏ ਪਏ ਨੇ, ਅਤੇ ਮੇਰੇ ਅਕਾਊਂਟ 'ਚ ਇੱਕ ਡਾਲਰ ਵੀ ਹੈ ਨਹੀਂ। ਟੈਨਸ਼ਨ ਕਾਹਤੋਂ ਲੈਣੀ ਆ? ਮੇਰੇ ਵਾਲ 'ਚ ਵੀ ਹੈ ਨਹੀਂ। ਤਾਂ ਇਹ ਤਾਂ ਟੈਨਸ਼ਨ ਆ, ਕਿਉਂਕਿ ਦੋਨੋਂ ਦੇ ਅਕਾਊਂਟ 'ਚ ਹੈ ਨਹੀਂ। ਹੈ ਕਮਲੀ, ਘਬਰਾ ਜਾਂਦੀ ਹੈ। ਬਾਪੂ ਜੀ ਕਾਹਦੇ ਵਾਸਤੇ ਨੇ? ਬਾਪੂ ਜੀ ਆਉਂਦੇ ਹੋਣਗੇ ਤਨਖਾਹ ਲੈ ਕੇ। ਮੰਮਾ ਕਿਉਂ, ਬਹੁਤ ਲੰਮੀ ਉਮਰ ਹੈ। ਮੈਂ ਆ ਗਿਆ। ਕਿੱਦਾਂ ਲੜ? ਵਧੀਆ ਬੁੱਗੇ। ਓ ਸਰਪੰਚ ਦਾ ਹਾਊਸ। ਹਾਏ ਬਾਪੂ, ਲਿਆ ਬਾਪੂ ਪੈਸੇ, ਮਾਰੀ ਗਿਆ ਦੁਸ਼ਮਣਾਂ ਦੇ ਮੂੰਹ 'ਤੇ। ਚੱਕ ਪੜਤਾ ਲੈ। ਯਕੀਨ ਬਹੁਤ ਆ ਬਾਪੂ ਤੇਰੇ 'ਤੇ, ਪੂਰੇ ਹੋਣਗੇ। $780? $780 ਲੈਣੇ ਨਹੀਂ ਦੇਣੇ। ਜੁਰਮਾਨਾ ਫਟਾਫਟ ਭਰ ਦਿਓ, ਨਹੀਂ ਤਾਂ ਗੋਰੇ ਨੇ ਕੇਸ ਕਰ ਦੇਣਾ ਤੁਹਾਡੇ 'ਤੇ। ਹੁਣ ਆ ਕੀ ਹੋ ਗਿਆ? ਕੱਦੂਕਸ ਹੋ ਗਿਆ। ਵਾਹ, ਪਹਿਲਾਂ ਟਰੱਕ ਧੋ ਕੇ ਤੁਸੀਂ ਘਰੇ ਬਹਿ ਗਏ, ਹੁਣ ਬਾਪੂ ਜੀ ਬਹਿ ਗਏ। ਵੈਰੀ ਗੁੱਡ। ਮੰਮਾ ਕਿੰਨਾ ਵਧੀਆ ਲੱਗੂਗਾ ਨਾ, ਪਾਪਾ ਰੋਟੀਆਂ ਬਣਾਇਆ ਕਰਨਗੇ ਤੇ ਦਾਦੂ ਤੜਕਾ ਲਾਇਆ ਕਰਨਗੇ, ਤੇ ਮੈਂ ਗੰਢੇ ਚੀਰਿਆ ਕਰੂੰਗਾ, ਤੈਨੂੰ ਨੂੰ ਕੰਮ ਤੇ ਜਾਇਆ ਕਰੂਗੀ। ਆਈ ਲਵ ਯੂ। ਕੀ ਪਰਾ ਅਲੀਜ਼ਾ, ਵੇਅਰ ਆਰ ਯੂ? ਭੁੱਖ ਲੱਗੀ ਹੋਈ ਖਾ ਜਾਂਦੀ। ਵੀ ਆਰ ਆਲਰੇਡੀ ਲੇਟ। ਮੈਂ ਜਾ ਰਹੀ ਹਾਂ, ਸੋਚ ਲੈ, ਕੱਲ ਮਿਲਦੇ ਹਾਂ। ਓਕੇ, ਆਈ ਐਮ ਗੈਟਿੰਗ ਲੇਟ। ਮੰਮਾ ਸੁਣੋ ਤਾਂ, ਮੰਮਾ ਆਪਾਂ ਨਾ ਆਪਾਂ ਸੰਡੇ ਡਾਊਨਟਾਊਨ ਚੱਲਾਂਗੇ। ਹਾਂ ਸੈਟਰਡੇ ਡਿਸਕਸ ਕਰਾਂਗੇ। ਓਕੇ, ਮੈਂ ਲੇਟ ਹੋ ਰਹੀ ਹਾਂ। ਮੰਮਾ ਮੰਮਾ ਲਿਸਨ 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 ਨਹੀਂ ਡੋਨਟ ਇਵਨ ਆਸਕ। ਘਰ 'ਚ ਪੰਜਾਬੀ ਬੋਲਿਆ ਕਰੋ ਪੁੱਤ। ਬਾਪੂ ਜੀ, ਲਵੀ ਇੱਥੇ ਜੰਮੇ, ਉਹਨੇ ਇੱਥੇ ਹੀ ਰਹਿਣਾ, ਇਹਨੂੰ ਪੰਜਾਬੀ ਨਹੀਂ ਇੰਗਲਿਸ਼ ਬੋਲਣ ਦਿਓ। ਲਵੀ ਟਾਕ ਇਨ ਇੰਗਲਿਸ਼ ਹੋਮ। ਨਾਓ ਯੂ ਆਰ ਡਿਨਰ ਟਾਈਮ, ਸੋ ਲੈਟਸ ਗੋ। ਓਕੇ, ਸ਼ੀ ਇਜ਼ ਕਮਿੰਗ। ਗੁੱਡ ਈਵਨਿੰਗ ਮਿਸਿਸ ਜਸਵੀਰ। ਹੈਲੋ, ਹਾਓ ਆਰ ਯੂ? ਫਾਈਨ। It's dinner time. Thank you. There you go. Do you know where you are? Hanji. Old age home. Kal Sunday si tanu kaun kaun milan aaya? Je milan aona hunda ta gharon kadna kaathon si tie. Keho je putt ne na jehde ohde maa baap nu hi gharon kad dende hai.
पर ये भी पुत्तां दा ज़्यादा कर दिया जे धियां कोल रहना तां ओल्ड एज होम च आउण दी लोड़ ही ना पवे है ना जे धियां सस सहुरे नूं अपने माँ बाप समझण लग पैण तां ओल्ड एज होम खुलण ही ना मैनूं पुत्त ने नहीं नूं ने कढ़िया Good night. Good night. Enjoy your food. Haan ji, yeah. Chaliye? Haan. ਜਾ ਯਾਰ ਦੱਬੀਆਂ ਇਕੱਠਿਆਂ ਨੇ ਤੇ ਕੱਢੀ ਇਕੱਲਾ ਇਕੱਲਾ ਜਾਂਦਾ ਮਾਮਾ ਸਵਾਦ ਆ ਗਿਆ ਬਾਈ ਗੋਡ ਓਏ ਗੱਲ ਸੁਣ ਮੈਂ ਤੇਰਾ ਮਾਮਾ ਕਿਵੇਂ ਹੋਇਆ ਤੂੰ ਤਾਂ ਸੀਰੀਅਸ ਹੀ ਹੋ ਗਿਆ ਗੱਲ ਪਤਾ ਕੀ ਹੈ ਰਿਸ਼ਤਿਆਂ ਤੋਂ ਬਹੁਤ ਦੂਰ ਬੈਠੇ ਹਾਂ ਮਾਮਾ ਤੈਨੂੰ ਮਾਮਾ ਕਹਿ ਕੇ ਜਿਹੜਾ ਮਨ ਖੁਸ਼ ਹੋ ਜਾਂਦਾ ਹੋਰ ਕੀ ਹੈ ਰਿਸ਼ਤੇ ਨੂੰ ਤਾਂ ਮੈਂ ਵੀ ਤਰਸਿਆ ਪਿਆ ਸੱਚ ਜਾਣੀ ਜਦੋਂ ਤੂੰ ਮੈਨੂੰ ਮਾਮਾ ਕਹਿ ਕੇ ਬੁਲਾਉਣਾ ਨਾ ਇੱਥੋਂ ਠਰ ਜਾਂਦਾ ਸੱਚੀ ਪੰਜਾਬ ਜਾਣਨਾ ਤਰਸਿਆ ਪਿਆ ਲੈ ਯਾਰ ਇੱਕ ਤਾਂ ਮੈਨੂੰ ਸਾਰਾ ਪੰਜਾਬੀਆਂ ਦੀ ਆਹ ਗੱਲ ਹੀ ਨਹੀਂ ਸਮਝ ਆਈ ਹੁਣ ਤਾਈ ਜਿਹੜੇ ਤਾਂ ਕੈਨੇਡੇ ਬੈਠੇ ਹੈ ਉਹ ਪੰਜਾਬ ਜਾਣ ਨੂੰ ਤਰਸੇ ਹੋਏ ਹੈ ਜਿਹੜੇ ਤਾਂ ਇੰਡੀਆ ਬੈਠੇ ਹੈ ਉਹ ਕੈਨੇਡੇ ਆਉਣ ਨੂੰ ਮਰਦੇ ਹੈ ਮੈਂ ਤਾਂ ਕਹਿੰਦਾ ਵੈਸੇ ਪੰਜਾਬੀਆਂ ਵਾਸਤੇ ਨਾ ਇੱਕ ਬਹੁਤ ਲੰਮੀ ਪੀਂਘ ਹੋਣੀ ਚਾਹੀਦੀ ਹੈ ਝੂਠੇ ਮਾਟੇ ਵਾਲੀ ਝੂਠੇ ਇੰਡੀਆ ਮਾਟੇ ਕੈਨੇਡਾ ਝੂਠੇ ਇੰਡੀਆ ਮਾਟੇ ਕੈਨੇਡਾ ਝੂਠੇ ਮਾਟੇ ਮੈਂ ਤਾਂ ਪੀਂਘ ਹੀ ਤਾਂ ਰਸਣਾ ਉੜਾ ਲਈ ਓਏ ਤੇਰੇ ਸਹੁਰਿਆ ਕਿਹੜੀ ਪ੍ਰਿੰਟ ਲੜ ਗਈ ਹੁਣ ਹਾਂ ਲੜੇ ਨਾ ਆ ਅਲਿਜ਼ਾਬੈਥ ਰਾਣੀ ਜਾਣ ਵੇਲੇ 18 ਕਿਸ਼ਤਾਂ ਗਣਾ ਗਈ ਅੱਗੇ ਭਰ ਦਿਓ ਹੁਣ ਸਮਝ ਨਹੀਂ ਆਉਂਦੀ ਵੀ ਕਿਸ਼ਤ ਭਰਨ ਨੂੰ ਪੈਸੇ ਕਿੱਥੋਂ ਆਉਣਗੇ ਕਿਸ਼ਤਾਂ ਭਰੀਆਂ ਜਾਣਗੀਆਂ ਤੁਹਾਡੀਆਂ ਕਿਸ਼ਤਾਂ ਉਹ ਭਰੂ ਉੱਪਰ ਵਾਲਾ ਨਾ ਥੱਲੇ ਵਾਲਾ ਉਹ ਮਾਮਾ ਆ ਕਾਰਪੇਟ ਤੋਂ ਥੱਲੇ ਵੀ ਕੁਛ ਹੁੰਦਾ ਉਹ ਵੀ ਦੇਖ ਲਓ ਕਾਰਪੇਟ ਤੋਂ ਥੱਲੇ ਹੈਗੀ ਬੇਸਮੈਂਟ ਬੇਸਮੈਂਟ 'ਚ ਤੁਸੀਂ ਰੱਖਿਆ ਕਿਰਾਏਦਾਰ ਉਹਨੇ ਸਾਲੇ ਨੇ 3 ਮਹੀਨੇ ਤੋਂ ਤੁਹਾਡਾ ਕਿਰਾਇਆ ਨਹੀਂ ਦਿੱਤਾ ਉਹਦੀ ਜਾ ਕੇ ਸੰਗੀ ਫੜੋ ਉਹ ਤਾਂ ਸਾਲਾ 2 ਕਿਸ਼ਤਾਂ ਪੈਸੇ ਮੈਨੂੰ ਤੁਹਾਡੀ ਹੈ ਬਾਕੀ ਭਾਈ ਆਪੋ ਆਪਣੇ ਦਮ ਦੀ ਗੱਲ ਹੁੰਦੀ ਹੈ ਹੁਣ ਜੇ ਮੈਂ ਤੁਹਾਡੀ ਥਾਂ 'ਤੇ ਹੋਵਾਂ ਮੈਂ ਤਾਂ ਐਸਾ ਜਾ ਕੇ ਸੰਗੀ ਦੇ ਵਿੱਚ ਅੰਗੂਠਾ ਦਿਮਾਗ ਲੈ ਦੇ ਉਹ ਤੁਹਾਨੂੰ ਮੇਰਾ ਪਤਾ ਹੀ ਨਹੀਂ ਹੈ ਜੇ ਮੈਂ ਤਾਂ ਇਹੋ ਜਿਹੇ ਬੰਦਿਆਂ ਤੋਂ ਕਿਰਾਇਆ ਲੈ ਜਾਣਾ ਜਿਹੜੇ ਸਾਲੇ ਬਾਅਦ 'ਚ ਸੋਚਦੇ ਹੈ ਅਸੀਂ ਤਾਂ ਇਹਦੇ ਕਿਰਾਏਦਾਰੀ ਹੈ ਨਹੀਂ ਸਾਤੋਂ ਘਰ ਨਹੀਂ ਲੈ ਗਿਆ ਹੁਣ ਤੁਹਾਡੇ ਅੱਲੇ ਪੱਲੇ ਹੈ ਨਹੀਂ ਕੁਛ ਤਾਂ ਭਾਈ ਅਸੀਂ ਕੀ ਕਰ ਸਕਦੇ ਹਾਂ ਓਏ ਅੱਲੇ ਪੱਲੇ ਕਿਉਂ ਨਹੀਂ ਅੱਜ ਵੈਰੀਆਂ ਦੇ ਸਿਰ ਤੇ ਨੱਚਣਾ ਚੱਲ ਬਈ ਸ਼ੁਰੂ ਆ ਗਈ ਓਏ ਕੀ ਹੈ ਓ ਮਾਮਾ ਵੈਰੀ ਦੇ ਸਿਰ ਤੇ ਨੱਚ ਰਹੇ ਆ ਵੈਰੀ ਕੌਣ ਹੈ ਕਿਰਾਏਦਾਰ ਰਹਿੰਦਾ ਕਿੱਥੇ ਹੈ ਬੇਸਮੈਂਟ 'ਚ ਸਾਲਾ ਫੇਰ ਜੇ ਥੱਲੇ ਹੋ ਰਹਿੰਦਾ ਤਾਂ ਉਹਦੇ ਸਿਰ 'ਤੇ ਨੱਚਦੇ ਹੋ ਜਾ ਵੀ ਸ਼ੁਰੂ ਪੰਡ ਬਣਨਾ ਬੰਦ ਕਰੋ ਜੋਧੇ ਬਣੋ ਘੱਟੋ ਘੱਟ ਚੜੇਲੀ ਚਿੰਬੜੂ ਭਾਈ ਜਿਹੜੀਆਂ ਵਿਆਹੀ ਫਿਰਦੇ ਇਹਨਾਂ ਨੂੰ ਖਤਰਨਾਕ ਤਾਂ ਨਹੀਂ ਉਹ ਸ਼ੇਰਗਣ ਸ਼ੇਰ ਚੱਲ ਪੁੱਤ ਚੱਲ ਨਹੀਂ ਕੁਛ ਨਹੀਂ ਹੋਇਆ ਡਰਾ ਨਾ ਯਾਰ ਤੇਰਾ ਤਾਂ ਲਾਇਆ ਦਿਲ ਥੋੜਾ ਮੈਨੂੰ ਵੀ ਡਰਾਈ ਜਾਂਦਾ ਹੌਸਲਾ ਰੱਖੋ ਯਾਰ ਮੈਂ ਰੱਖਿਆ ਹੋਇਆ ਤੂੰ ਰੱਖ ਬੀਬੀ ਕੁਛ ਨਹੀਂ ਹੈ ਯਾਰ ਬਾਪੂ ਕੀ ਹੁੰਦਾ ਬੀਬੀ ਤੂੰ ਐ ਕਰੋ ਤੁਸੀਂ ਸਾਹਮਣੇ ਮੈਂ ਬੈਠਣ ਦਾ ਰਿਸਕ ਲੈਣਾ ਇਹਨੇ ਸਾਲੇ ਨੇ ਮਾਹੌਲ ਕੀ ਬਣਾਇਆ ਹੋਇਆ ਇੱਥੇ ਯਾਰ ਹੈ ਮਾਮਾ ਮੈਂ ਸਹੀ ਕਹਿੰਦਾ ਸੀ ਮਾਮਾ
किराया कढ़ाउणा आ सवेरे साडे चो लोकी भूत ना कढ़ाउंदे फिरन किते कोई भूत पत नहीं हुंदे किराएदार ए छोटे वीर हेलो की हो गया यार एहो जा की देख लिया तुसी दसो मेनू ओए उल्लू ते पठिया की करदा पिया मैं ते सुत्ता पिया सी तुसी की करी जाने हो नाले मेरे प्राइवेट बेडरूम च तुसी की करदे हो साला बेडरूम है तेरा हैं साले बेड ते हुंदे आ अलमारी ना सिर ला के सुत्ता पिया जो भी है मेरा बेडरूम है बंदे दी की ओपन प्राइवेसी हुंदी है तुसी ए दसो भी अद्धी रात नु मेरे घर के मैं आना होया ओए हेलो तेरा का घर ओए साडा घर है अच्छा थोड़ा कर रहे ले मैनू कदे फील ही नहीं होया मैनू तो अपना अपना जे लगदा आई लव दिस हाउस तीन महीने का किराया नहीं दिता अपना अपना तो लगना ही है तेनू अच्छा किराया लैन आए हो दसो कादा चाहिंदा जहाज दा ट्रेन दा बस दा ट्रक दा टैक्सी दा जा फिर शिप दा ओए घर दा किराया चाहिदा अच्छा घर दा किराया चाहिदा की चाहिदा कैश लाओगे चेक लाओगे पाउंड लाओगे या फिर यूरो लाओगे ते या फिर शर्फियां उतर मैं गोली मार दूं उतर मैं सच्ची केड़ी गोली बड़ा प्यारा बच्चा होर घर सब ठीक है इंडिया गल हुंदी रहिंदी है बन गई थोनू की लगता है फोन दे विच कली वीडियो बनदी है ना 9-1 ओई है मेरा नाड़ी लेना मैं तो कुछ भी नहीं हेलो पैसे देखना है स्टेशन जी छेती आओ छेती एड्रेस एड्रेस की है यार 156 नंबर 99 भी तेरे ने यार हट तू चुप कर डर दे पिंड वाले ने रुपये इकट्ठे करके सानू एक पूलियां दी पक्की झोपड़ी पा के दी है मैं तो बहुत गरीब करवा जी सत भैन जी मेरे ब्याह वाली आ मां दे मेरे पिते च फस रही है बापू मेरा मंजेते पिया ते भरा मेरा भाजी पिंड पिंड जाके फुलिया बेचदा ते ओ दादे दे नु कोड़ पिया दादी ए दी है जे ना मरी ना ते पिंड दा ना ही मरीजपुर है आ देख लो भाजी हजे भी नहीं हटदे तिन्ने जाने मेरे कोल आके कहंदे साडे नाल बैठ के दारू पी हुण तुसी दसो भाजी मेरे हालात दारू पीने वाले हैगे बापू जी ने ना बापू जी ने मेरे ढिड च लत्ता मारिया भाई मेरा तो पहली बी हरनिया का ऑपरेशन होया है जे नहीं यकीन आता पूछ लो कुटे ना भी तुम आ देखो आए नी बेबे तेरा पुत कला कनेडा जिक्र गया नी है जे मेरा भरा हुंदा ना कल्ले कल्ले नु भजा के कुटना सी कोई गल नहीं छोटे वीर तू मेनू अपना भरा ही समझ बस फिर देख दे क्यों पाजी ढालो ना बकरे वांगू सारेयां नु ओ मामा एहो जे मुंह वाला घरे कोई डंगर नहीं रखदा तू किराएदार रखी आ देख लो पाजी तैनू डंगर कह रहा जी ए ओए मैं चपेट मारी तेरे मुंह ते उहनां नु कदों कहा तैनू कह रहे डंगर मैं फिर वीर ने कहा कि मैं तेरा भरा हुण असीं इक फैमिली च आ जे मैं डंगर होया वी तां डंगरी होया ना एक्टिंग साला किहो जी करदा मदारी आ देख लो पाजी अजे वी इहनां दे कन्न भरी जांदा ए बंदा बहुत खराब है पाजी इहनू सख्त तों सख्त सजा दिओ बस पाजी इहनू 3-4 वारी फांसी दे दिओ पाजी बस फिकर ना कर असीं तेरे नाल आ थैंक यू गल सुन लो ये कान खोल के तुसी एदे मत्थे नहीं लगना ए साडा किराएदार है असी आप दे घरे बुरके बैठ के फिरी जाइए आई मीन 10-10 फुट दूर रहना है भाजी ओ देखो जी इन्हां ने होर बदमाश बुला ले जी मन बहुत उदास है बापू मैं कदे थानेदार नू पिंड च नहीं सी बड़न दित्ता इतने सारी पुलिस दगड़ दगड़ कर दी अंदर आवड़ी छड़ बापू पुरजी दस किन्ने अंडे की खानी पुरजी कित्थे लंघदी है हुण ऐ कर मीट ही तरला नहीं नहीं मीट का तू बारबेक्यू कर लो पार्टी कर लो हाँ। गुआंढियां नूं वी तां पता चले कि जिंदपुरे वालियां दे घरे अज पुलिस आई सी डैडी जिंदपुरे वाले कौन ने आपा ही कले जिंदपुरे बारे का तो पूरे पंजाब बारे दसो
पता लवी हाँ उथे ना कदे भी कोई भी रात नू शराब पी के ललकारे मार सकता है ते जे कोई किसी नू कुट्टे मारे ते उनू पुलिस फड़ के ले जावे ता सिफारिश लवा के उनू छड़ा सकदे आ ए है पंजाब सच्ची मम्मा हाँ दादू ओरियो साडी क्लास च ना एक मुंडा है गोरिया दा मैनू तंग बहुत करता है उनू ना किस दिन पंजाब ले जाके मुद्दा पा के तीन जने बड़ांगा लाओगे जे मैनू पुलिस चक के लगी इन्नी क तां चलदी आ थोड़ी इन्नी गुड़ी पंजाबी ता पुच्चो मंडी वाले नहीं बोलते जिन्ना कैनेडा दा बोन बोलता दारू पिया थोड़े वर्गे शराबी ना आ शराब ना पूजिया ते घर वाली दी झूठी सौं खान लगे मिंट नहीं लाउंदे खबरदार जे अज तो बाद शराब पीती है ता एवें गुस्सा करी जानी है अज तो बाद ते वैसे नहीं पीती जानी क्यों पापा जी आ रहे है पापा जी थोड़े ने मेरे आ रहे ने थोड़ा बुढ़ा आ रहा है वाह थोड़ी अख अख ते साडी अख डेला थोड़ा बापू पापा जी ते साडा बापू बुढ़ा है मेरे नाल ना इतना उच्ची आवाज़ गल करन दी लोड़ नहीं मैं कदों कीती है इतना भी करन दी लोड़ नहीं मेरे साथ बैंड करके तुसी इत्थे बैठे हो हेलो 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 और मेरी सुन गल आ तेरे बैंड ने पीपनी वजाई पई है मेरी ए सत बैंड नहीं सप बैंड लगते है मैनू जड़े रोज मेरे सीने ते लड़दे है किसी दे व्याह ते जावां ना मेरा बैंड वाले कुट्टन नू जी करदा उत्थे मैं तैनूं दसदा बस पापा जी आ रहे है तां आ रहे है आउणगे पापा जी शौक नू आ रहे कितने छोटे भरा दा व्याह तां आ रहे है नाले भरा केड़ा मेरे को रहिंदा है पाजी दे हुंदे आ पीजी च रहिंदा बेचारा करे करेले सड़ जान उल्ली लग जे मेरे भरा नू कदे करेला नहीं दित्ता ते वड्डी भाभी दे हुंदे आ परौठियां नू तरस गया भरा मेरा मेरे नाल ना खेखण जे करन दी लोड़ नहीं जिदे करके आ रहे ना उत्थे रहण जे इत्थे आ गए ना थोड़ा ते उहनां दा दोनों दा समान चक के बाहर मारू बापू नहीं मानसा दी कैंची अंते खड़ा है तीन घंटे एयरपोर्ट ते उड़ी क्या तेनू लैंड क्यों नहीं आया तू मैनू बापू फोन क्यों नहीं कीता सी ओ केंदी डंगर एरिया तो बाहर है वो डंगर एरिया तो नहीं कवरेज एरिया तो बाहर है हुन डीटीआं नु घेरी खड़े मैनू 40-50 लेके जान छड़ेंगा के चाह पानी भी पूछेंगा ओ आ गई नू थोड़ी चूल्हे वांगू तपी हुई ओ पियोंदी है थोनू ग्रीन टी बीबा तेनू ससरीकाल बुलानी नहीं सिखाई किसे ने ससरीकाल ससरीकाल बुलाई दी हुंदी है गिट्टियां च नहीं मारी दी हुंदी वाह क्या संस्कार देते हैं ओए होए होए हाँ मेरा बेटा कलेजे लग के मेरा कलेजा ठारते मेरा खबरदार जे मेरी बच्ची नू हाथ लाया की कर रही है तू निशा छड्डो इनू निशा मैं कहा ना मेरी बच्ची नू हाथ लाउण दी लोड़ नहीं कोई गल मैं सौं खांदा पर तू भी सौं खाई मैं तेरी बच्ची नू हाथ नहीं लावांगा तू मेरे पुत्र नू हाथ ना लाई थोड़ा पुत्ते व्याह तो पहला सी हुण की ये फुफड़ बन गया है मैं कह देता है मैं तेरी बच्ची नू हाथ नहीं लावांगा पर मैं अपने पुत्र नू तां हाथ ला सकदा है आ मेरा पुत्त मेरे कलेजे ला के कलेजे च ठंड पा दे ओ आ जा जीण जोखे आ जा आ जा ले
पुलिस भी आ गई। उत्थे बंदा मारे तो पुलिस नहीं आंदी, इत्थे चपेड़ मारे तो ही पुलिस आ गई। ओ बापू कह दे सॉरी यार। ओ बापा माफ कर दे, छोटे होंदे नु ते पांदा रहया मैनू, उदों कित्थे सी तू? देखी जाओ तुसी पांदा की है। ओ हां वी दसो की रौला है, किने किदे कित्थे मारया? ऑफिसर इन्हां ने मेरे हस्बैंड दे काम ते मारया, अरेस्ट हिम। ना ना तिए झूठ ना बोल, कन्न ते नहीं मारया, कन्न तो दो उंगल थल्ले मारया सीगा। चल बाबा थाने। थानेदार साहब मैं चलता पैंदा है थाने, पर मैं शीशे आले पासे बैठूंगा। देखो थानेदार साहब, मैं हाँ ड्राइवर जा बंदा, मैनू चमकीले दे गाने बड़े चंगे लगते हैं। थोड़े कोल है कोई चमकीले दी धार्मिक कैसेट? ओ तैनू थाने लेके चले आ, बरात नहीं, चल तुर। चलो फिर। एक मिनट, तुसी मैनू सवेरे 4 बजे तड़के तड़के घरे छड़ दोगे? ओ तैनू थाने लेके चले आ, जगराते ते नहीं भाई, तारा राणी की कथा सुनाई ते तैनू 4 बजे घरे छड़ के जाइए, चल तुर। सुन लिया बशर्मा, तेरे प्यो नू पुलिस थाने लेके जा रही है, कुछ बोलता सही? आ हाथ जोड़े जी थोड़े अगे, बापू साडा बजुर्ग है, जरा ध्यान ना लेके जायो, बोलता। ओ चल तुर हुण, किड्डा बशर्म है यार, तुरदा ही नहीं। ऑफिसर इन्हें आई नहीं जाना, ये बुढ़े नू तां मैनू ही कढ़ना पऊ इत्थों। दिशा थोनू शर्म आया है कि नहीं? बस बस थाने तो सब ले चलो थाने, मैनू हुण तां मेरा दम घुटता है, मैनू सजा मिलनी चाहिए क्योंकि मैं अजब बशर्म पुत जमया। एक गलत दसो थानेदार साहब। बोल बाबा। थोड़े थाने च मैनू रोटी पानी तो मिलेगी? मिलेगी। सोन वास्ते मंजा बिस्तरा तो होगा ना? सब कुछ मिलेगा। मेरे पुत की तरह मेरे धक्के मार के तारी थाने चुकना? नहीं बाबा नहीं कड़ांगे। एक गल कह, जे थोड़े कानून तो बाहर ना हो। बोल बाबा। आज थोड़े थाने नू पुत के डूची करते हुए ओ बेईमाना, ते तो अपना प्यो एक घंटा भी घर दे विच नहीं रखा गया, तो ठाणा चंगा। शाबाश है तेरे काका, कागज के फुलों चो खुशबू नहीं मिलती होंगी। मैनू मामा कह के तू नकली रिश्ते बनाता फिरद, असली रिश्ते ठोकर मारी जाना। प्रौणे की हो गया, जे तेन नहीं सामभ सकता, तेरा रिश्तेदार ज्यौदा है। सॉरी सर, ਤੁਸੀਂ ਇਹਨਾਂ ਨੂੰ ਲੈ ਕੇ ਨਹੀਂ ਜਾ ਸਕਦੇ, ਕੰਪਲੇਂਟ ਕੀਤੀ ਇਹਨਾਂ ਨੇ। ਤੈਨੂੰ ਸ਼ਰਮ ਆਇਆ ਹੈ ਕਿ ਨਹੀਂ? ਢੀਠ ਕਿੱਥੇ ਥਾਂ ਦਾ? ਨਿਸ਼ਾ ਕੰਪਲੇਂਟ ਵਾਪਸ ਲੈ। ਨਹੀਂ। ਮੈਂ ਕਿਹਾ ਨਾ ਕੰਪਲੇਂਟ ਵਾਪਸ ਲੈ। ਮੈਂ ਕਿਹਾ ਨਾ ਨਹੀਂ। ਨਹੀਂ ਤਾਂ ਫਿਰ ਬੰਦਾ ਇੱਕ ਨਹੀਂ, ਅੱਜ 2 ਅਰੈਸਟ ਹੋਣਗੇ। ਕੀ ਮਤਲਬ? ਆ ਮਤਲਬ ਆ ਫੜ ਲਓ ਜੀ। ਡੈਡੀ ਜੀ ਚਾਹ ਪੀਓਗੇ ਕਿ ਜੂਸ ਹੀ ਕੱਢਾਂ? ਤੂੰ ਮੈਂ ਜਲੂਸ ਕੱਢਣਾ ਬੰਦ ਕਰ ਦੇ, ਜੂਸ ਮੈਂ ਆਪੇ ਹੀ ਕੱਢ ਲਿਆ ਕਰਾਂਗਾ। वैसे गलती तो ना बुढ़िया की भी है, ताड़ी कदे एक हथ नाल नहीं वजदी। नहीं निशा, अंकल सही ने, आप अपने पेरेंट्स नूं तां किन्नी इज्जत दिंदे आ, पर सा सहुरे नूं कुछ नहीं समझते। अच्छा जे तैनूं इन्हां बुढ़िया दा इन्ना ही प्यार हुंदा, फिर तू आपदे सहुरे नूं पासपोर्ट क्यों नहीं दिंदी? क्योंकि मैं उन्हां नूं बुढ़ापे च रुलदे नहीं देखना चाहती। सोच के वेख निशा, जे सारा परिवार एक दूजे तो दूर बैठा तड़पी जावे तो यहोजी कमाइया का की फायदा? कई बेचारे तो अपने माँ प्यो के अंतम संस्कार तक तो नहीं पहुँचते। पर यार मेरे पर मत... कुछ नहीं निशा, एक गल तो क्लियर आ, अपने बुजुर्गों के गड्ढे चलाउन करके ही आप अज गड्डिया ते घूम रहे हैं। कभी सोचा अपने घर वाले सारा दिन काम करते हैं, ये भी नहीं पता कि बेचारे रात नू रोटी खांदे आ या भुखे सौंदे आ। ये भी बेचारे सारा दिन टैक्सी चलाउंदे ने ते रात नू सैफी नू ठा ठा के दुद्ध पियाउंदे ने। मम्मा पापा किधर हो? पापा किधर हो? लावे रिश्तेदार मेरे मुंडे दा आ गया व्याह, तेरे सारे टब्बर ने
नानके दे फर्ज नु भाने चिंता ही ना कर देख नानका मेल भी आऊ ते नानक शक भी हैन गड्डवी पर मेरी शर्त है एक दसो भाई ਵਿਆਹ ਪੂਰੇ ਰਸਮਾਂ ਰਿਵਾਜਾਂ ਨਾਲ ਹੋਊ ਜਿਵੇਂ ਹੁੰਦਾ ਸੀ ਪਹਿਲਾਂ ਬਸ ਉਵੇਂ ਹੀ ਲੱਡੂ ਜਲੇਬੀਆਂ ਚਾਦਰੇ ਕੁੜਤੇ ਸੱਗੀ ਫੁੱਲ ਫੁਲਕਾਰੀਆਂ ਦੇਖ ਪ੍ਰਾਹੁਣਿਆਂ ਬਈ ਧਰਮ ਨਾਲ ਜੇ ਤੂੰ ਇੱਥੇ ਪੰਜਾਬ ਦਿਖਾ ਦੇ ਨਾ ਸਵਾਦ ਹੈ ਜੇ ਆ ਬਾਪੂ ਤਾਂ ਤੇਰਾ ਫੇਰ ਪਹੁੰਚ ਗਿਆ ਵੀ ਪੰਜਾਬ ਨੂੰ ਇਹਨਾਂ ਤਾਂ ਸੱਚ ਵਿਆਹੀਆਂ ਆਪਣੇ ਪੇਕਿਆਂ ਨੂੰ ਨਹੀਂ ਯਾਦ ਕਰਦੀਆਂ ਜਿੰਨਾ ਇਹ ਪੰਜਾਬ ਨੂੰ ਯਾਦ ਕਰਦਾ ਓਏ ਤੁਹਾਡੇ ਬਾਪੂ ਨੇ ਤੁਹਾਡੀ ਕੋਈ ਦੂਜੀ ਬੇਬੇ ਤਾਂ ਨਹੀਂ ਰੱਖੀ ਪੰਜਾਬ ਪੰਜਾਬ ਲੈ ਸਾਡਾ ਬੁੜਾ ਲਵਾ ਦਿੰਦਾ ਪੰਜਾਬ ਦੇ ਵੀਰ ਤੂੰ ਪੰਜਾਬ ਜਾਣਾ ਮੈਂ ਭੇਜੂ ਤੈਨੂੰ ਪੰਜਾਬ ਪਰ ਮੇਰੀ ਮਸਾਜ ਕਰਾਣੀ ਓ ਚੱਲ ਕਰਾ ਦੂੰ ਪੱਕਾ ਭੇਜੇਗਾ ਨਾ ਫਿਰ ਕਰ ਲਾ ਪੰਜਾਬ ਹੁਣ ਮੈਂ ਆ ਰਿਹਾ ਇਹ ਕਾ ਕਰ ਰਹਾ ਬਾਰਾ ਖੇਡ ਰਹੇ ਹਾਂ ਬੇਬੀ ਦਿਮਾਗ ਖਰਾਬ ਕਰ ਦਿਆ ਹਾਂ ਇਹ ਬਾਲਟੀ ਉਠਾ ਕੇ ਫੋੜ ਦੇਂਗੇ ਹਾਂ ਤੂੰ ਕਾ ਕਰ ਰਹਾ ਬਾਰਾ ਰੇ ਉਹ ਦਿਖਦਾ ਨਹੀਂ ਹੈ ਖੇਡ ਦਿਆ ਇਹ ਕਿਸਕਾ ਪੁਨਵਾ ਹੈ ਇਹ ਚੁਨੂ ਕਾ ਪਾਪਾ ਰੌਰ ਪੁਨਵਾ ਟੰਟਨਾ ਰਹਲਵਾ ਏ ਇਹ ਦਿਨ ਮੈਂ ਤਾੜੀ ਪੀ ਕੇ ਪੜੇ ਬਣੀ ਕਾ ਏ ਚੁਨੂ ਕਾ ਪਾਪਾ ਸੁਨਤ ਨਹੀਂ ਹੋ ਇਹ ਪੁਨਵਾ ਟੰਟਨਾ ਰਹਲਵਾ ਉੜ ਜਾ ਅਰੇ ਕਾ ਬਕ ਬਕ ਕਾਈਏ ਮਾਰੋ ਦੇਖਾ ਤਾਂ ਨਹੀਂ ਹੈ ਕਿਤਨਾ ਜ਼ਰੂਰੀ ਕੰਮ ਕਰ ਰਹੇ ਹੈ ਹਮ ਨਹੀਂ ਨਾ ਬਕ ਬਕਾ ਰਹੇ ਹੈ ਤੂੰ ਹਰ ਪੁਨਵਾ ਬਕ ਬਕਾ ਰਹਾ ਹੈ फोड़ दियो ईंटा मार का अरे नहीं हम तो मजाक कर रहे थे छक्का लगा छक्का ठीक बा ए ए इला कौन छमिया का फोन वो तो ना है ना अरे कौन छमिया तोर फोन भी छमिया समझ कर उठा रही नहीं जिंदगी जगराते का ढोल बन गई तो हम कौन सा खुश बानी हाँ हेलो ओके मैं वो तो गुलाब जी क्या बताएं साहब भूखे मरत बानी ਆਏ ਦੱਸ ਫਿਰ ਬਈ ਹਵੇਲੀ ਸਭ ਤੇਰਾ ਜਵਾਕ ਜੱਲਾ ਨਿਆਣੇ ਸਭ ਠੀਕ ਠਾਕ ਹੈ ਬੱਚੇ ਜੀ ਤੁਹਾਡੇ ਸਮਾਨ ਦਾ ਜਿਹੜੇ ਭਾਂਡੇ ਟਿੰਡੇ ਆ ਉਹਦੀ ਸਾਂਭ ਸੰਭਾਲ ਕਰ ਰਹੇ ਨੇ ਜੀ ਉਹ ਦੇਖੋ ਹਵੇਲੀ ਦਾ ਠੀਕ ਆ ਹਵੇਲੀ ਉਹ ਤਾਂ ਝਰੀਟ ਵੀ ਨਹੀਂ ਮਾਰ ਦਿੰਦਾ ਜੀ ਮੈਂ ਕਿਸੇ ਨੂੰ ਜੇ ਆਖੋ ਤਾਂ ਫੇਸ ਟਾਈਮ ਕਰਕੇ ਦਿਖਾਵਾਂ ਜੀ ਨਹੀਂ ਕੋਈ ਲੋੜ ਨਹੀਂ ਕੱਲੀ ਕੱਲੀ ਚੀਜ਼ ਆਪਣੇ ਆਪਣੇ ਥਾਂ ਤੇ ਪਈ ਹੈ ਜੀ ਬਹੁਤ ਸਾਂਭ ਸੰਭਾਲ ਕੀਤੀ ਹੋਈ ਹੈ ਜੀ ਆਏ ਦੱਸ ਮੈਨੂੰ ਮਿਸ ਕਰ ਦੇਂਗੇ ਨਾ ਬਹੁਤ ਜੀ ਹੁਣ ਤਾਂ ਜੀ ਨਹੀਂ ਲੱਗਦਾ ਜੀ ਤੁਹਾਡੇ ਬਿਨਾਂ ਲੱਗਦਾ ਹਵੇਲੀ ਦਾ ਆਉਂਦਾ ਹੈ ਨੀ ਉੱਠੋ ਓਏ ਉੱਠੋ ਉਹ ਆ ਗਈਆਂ ਕੌਣ ਆ ਗਈਆਂ ਉਹ ਜਿਹੜੀਆਂ ਘਰ ਦੀਆਂ ਮਾਲਕ ਨੇ ਉਹੀ ਆ ਗਈਆਂ ਹੈਂ ਉੱਠੋ ਬਜੋ ਤੂੰ ਯਾਰ ਬੈਕ ਕਮਾਂ ਕਮਰਾ ਉਹ ਨਾ ਮੈਂ ਦੱਸਦਾ ਕੀ ਕਰਨਾ ਬਚ ਲੋ ਪਾਜੀ ਅੱਜ ਬਾਰਿਸ਼ ਹੋ ਗਈ ਵਿਚਾਰੇ ਸਫਾਈ ਕਰਦੇ ਕਰਦੇ ਥੱਕ ਗਏ ਹੋਣੇ ਆ ਹਾਊ ਸਵੀਟ ਕਿਉਂ ਗਿਆ ਬੰਦੇ ਆ ਗਏ ਮੈਂ ਇੰਨੀ ਛੇਤੀ ਆ ਗਏ ਮੇਰਾ ਮੂੰਹ ਠੀਕ ਨਹੀਂ ਸੀ ਤੁਸੀਂ ਠੀਕ ਹੋ ਮੈਂ ਸੁੱਤਾ ਪਿਆ ਸੀ ਯਾਰ ਸਮੈਲ ਕੀ ਆ ਰਹੀ ਆ ਕੁਛ ਚੱਲ ਰਿਹਾ ਯਾਰ ਯਾਰ ਮੇਰਾ ਤਾਂ ਬਾਲਾ ਬੁਰਾ ਹਾਲ ਹੈ ਮੈਂ ਤਾਂ ਨੀਂਦ ਨੀਂਦ ਚ ਆਟਾ ਗੁੰਦਾ ਰਹਿੰਦਾ ਨੀਂਦ ਨੀਂਦ ਚ ਪਿਆਜ ਕੱਟਦਾ ਰਹਿੰਦਾ ਰਸੋਈ ਚ ਬੱਤ ਰਹਿੰਦਾ ਨਾ ਲੱਗਦਾ ਮੈਂ ਨੀਂਦ ਨੀਂਦ ਚ ਨਾ ਅੱਜ ਤੇਰੇ ਵਾਸਤੇ ਚਿਕਨ ਬਣਾਤਾ ਚਿਕਨ ਤਾਂ ਮੈਂ ਖਾਂਦੀ ਵੀ ਨਹੀਂ ਯਾਰ ਹੁਣ ਨੀਂਦ ਚ ਥੋੜੀ ਬੰਦੇ ਨੂੰ ਪਤਾ ਵੀ ਤੂੰ ਚਿਕਨ ਖਾਂਦੀ ਹੈ ਕਿ ਨਹੀਂ ਖਾਂਦੀ ਓਕੇ ਓਕੇ
नेचुरल भी हो सकता कुछ रात में भी तेरे स्ट्रेस ना लिया करना ना ओके रिलैक्स करो हाय हाय मैं ना इनाले पानी लेके आनी है पानी होगी मित्रा तक तक सीना धड़के भाजा वे मित्रा भाजा भाजा खबरदार मेरी टैक्सी च वड़न की कोशिश की थी कौन बदतमीज है यार भैन जी क्यों तंग कर रहे हो हेलो पिछे हो जाए यार सारे टैक्सी थले ना आ जाओ यार लोकी नॉनसेंस हो गए सड़कां दे उत्ते लोकां ने कंधा बना दी पिछे हो जाइए सारे भैन जी तुसीं थले आ जाना मेरी गड्डी ते 911 सम लेडी वांट टू कम अंडर माई कार आके फड़ लो उन्हूं हेलो ओ इधर ना तुसीं इत्थे किवें मैनूं लगदा जी किते नींद च सुता सुता ही मैं किसे दे घर आ गई पापा हट जो पास टोल प्लाजा आ गया डैडी जी तुसीं इत्थे की कर रहे हो मैं मेनू लगता मेनू भी एदे वाली बीमारी लग गई है नींद च तुरन दी मेरी गल सुन लो दोनों जाने हां जिद्दे रात नु नींद दे विच मैं किसे पासे तुर गई ना प्यो पुत मत्ते ते हाथ मार मार रोंगे चलो घर नु तुरो चल दे जी तुसी भी चलो दारू वास्ते पैसे लभदा ही रात बंदे वध गए यार अच्छा ठीक है आ भी ले लो आप अचार गहने ने जो थोड़े बापू ने देते सी इन्हें बेच के चाहे दारू पी लो चाहे पालो कोई काम तो हुंदा नहीं थोड़े कोलो राय काते कर दी है थोड़े कोलो परेशान हो गया ता कर दिया जे थोनू प्यो पुत नू थोड़ी जी भी शर्म है गया ना कोई काम लब लो बेशर्म किसे थां दे कुछ सोचिया काम बारे यार रात सोचने लग गई सी बस सोचते सेट हो गई जो भी सोचना जल्दी सोच लो नहीं तो करे बड़े होना वेलन किसे थां दे दादू ओ पुत्र तू सुता नहीं हाले तक नींद नहीं आ रही सी क्या मैं कदे गेम खेड़दा कदे टीवी देखदा पर नींद आ ही नहीं रही ओए पुत नींद टीवी देखण नाल जा गेमा गुमा खेड़न नाल नहीं आउंदी हुंदी नींद आउंदी है दादे दादी दीयां कहानियां सुन के दादू फिर मैनूं सुनाऊंगी कहानी ले हां आ जा मेरा शेर केड़ी कहानी सुनी है ते दादू ओही सुना दो केड़ी ओही आटे दी चिड़िया वाली सुन फिर पुत्ता जो मैं तेरे के जड्डा हुंदा सी ना पिंड च अपना एक घर हुंदा सी ते उहदे च काटे दी चिड़ी रहिंदी सी जिहदी चुंझ सोने दी हुंदी सी ते उहदे खंभ सुनहरी कणक वर्गे जदों मां उह चिड़ी अपने पुत नूं दिंदी तां बच्चे नूं इउं लगदा जिवें सारी दुनिया दी खुशियां दी मुट्ठी च होना साडे बजुर्गां ने बड़ी मेहनत नाल जिउंदी रखी सी उह चिड़ी पर कई मेरे वर्गे मंदभागे ते मजबूरियां दे मारे उह आटे दी चिड़ी नूं छड्ड के परदेसियां वसे अज भी बहुत याद आउंदी है उह आटे दी चिड़ी बहुत जी करदा मुड़ के दोबारा तो दी ची 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 सुनो तू हूं खाई हो जाएगा कि तोड़ेगा भी मैनू तो
बेरियां जी तोड़ते हुए बहुत शर्म लगती है। मेरा तो जी करता है मैं मुंह ते पल्ला ले लो। ओ तेनू शर्म का तो आ जांदी है यार, सब ते ट्रक दा मालक इत बेरियां तोड़ता चंगा लगता हूं तेन कहता हसा गया भीरे। तू रोना एक ट्रक नो देख सरदार काली पग आला भी बेरियां तोड़ रहा जेड़ा सारी ट्रांसपोर्ट का मालिक सी उथे मेरा मुंडा तेरा दोस्त आ ओनू कह के मेरी नौ तो मेरा पासपोर्ट लै दे। एक बारी पंजाब चला गया मुड़ के मैं इत्थे वापस नहीं आउंदा। ताया मैं पासपोर्ट की दवाना है, जिंदपुरे वाले सरपंच साहब बैठे ने इन्हां नू कह इदां दे मसले सरपंच साहब हल करदे हुंदे आ। ओ मैं कित्थों दवा दूं, मेरा तो आपदा नहीं मिलदा, नूं दबी बैठी है। तुहाडा पासपोर्ट तो दुनिया च बस इक्को ही बंदा दवा सकदा है। कौन? मैं। ओ किवें? ओ तू सुणिआ है ना कि जदों सिद्धी उंगली नाल ग्रीस ना निकले टेटी कर लेनी चाहिए है। मुड़ के होया? नहीं नहीं दसना कुप्पी ना कटनी चाहिए है कुप्पी नाल। ये तेरी कुप्पी कुप्पी मिलू कित्थों? जदों व्याह दे विच सारे मस्त होणगे ना उदों खड़का दांगे कुप्पी च रोण। मिनती कर लिए मामा पूरा भी आया कि नहीं? छत्ती इंच लिया भी मूंह मिठा करा बई। ये हरे सूट वाली साड़ी लगती है अपनी लो जी आओ जी करो मिनतियां भाई की है नाल ही दसदा यार मैनू क्यों खिंची जा रहा है? त्यार है? मैं तो पूरा त्यार है। पासपोर्ट? मैं पासपोर्ट दा की करना है? कुप्पी। अच्छा हाँ? फिर तो पासपोर्ट चोरी करना है। हाँ? पर पासपोर्ट है किथे? अलमारी च। अलमारी दी चाबी किथे है? पर्स च। ओए पर्स किथे है? बाह च। ओए बाह किथे है? अलीजा रानी कोले। फिर तो बाहम फटनी पाऊगी। ए मेरी फ्रेंड आ, इन्हें क्या पंजाबी ब्याह देखना तो मिले। अच्छा ओके चल ठीक है, तेनु पंजाबी सूट नहीं पसंद, पंजाबी डांस तो पसंद है ना? चल पंजाबी डांस कर दिया। आ पर्स तू इनू फड़ा दे। हां कैन यू हैंग ऑन टू दिस, आई एम गोइंग टू डांस। चल हुन तो बाहर गल च पानीया भेड़ गया। चावा 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 बिगड़ी
ਜੀ ਮੈਂ ਫੈਡਰ ਬਿੱਲੋ ਅੱਛਾ ਉੱਤੋਂ ਪਾਵੇਂ ਪਰ ਲੂਤੀ ਵਾਲਾ ਲੈਦਰ ਬਿੱਲੋ ਆਹਾਂ ਤਾਂ ਬਹੁਤ ਮਹਿੰਗਾ ਯਾਰ ਭਾਰ ਤੇਰਾ ਹੌਲਾ ਜੀ ਮੈਂ ਫੈਡਰ ਬਿੱਲੋ ਮਹਿੰਗਾ ਪਰ ਲੂਤੀ ਵਾਲਾ ਲੈਦਰ ਬਿੱਲੋ ਮਿੱਠਾ ਮਿੱਠਾ ਹੋ ਗਿਆ ਏ ਵਾਹਿਦਰ ਬਿੱਲੋ ਮਿੱਠਾ ਮਿੱਠਾ ਹੋ ਗਿਆ ਏ ਵਾਹਿਦਰ ਬਿੱਲੋ ਤੇਰਾ ਚਮਕਦਾ ਰੰਗ ਜੀ ਮੈਂ ਰੂਹ ਕੱਲੇ ਕੱਲੇ ਤੇਰੇ ਕੱਲੇ ਕੱਲੇ ਹਾਂ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨੀ ਸਾਡੇ ਕੋਲ ਦੀ ਬਲਾਦਰ ਚ ਤੂੰ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨੀ ਸਾਡੇ ਕੋਲ ਦੀ ਬਲਾਦਰ ਚ ਤੂੰ ਤੋਰ ਤੇਰੀ ਬਿੱਲੋ ਠਾਲਦੀ ਆ ਕਹਿਰਨੀ ਠਾਲਦੀ ਆ ਕਹਿਰਨੀ ਨਿਊਯਾਰਕ ਹੋਵੇ ਜਾਂ ਫਿਰ ਨਵਾਂ ਸ਼ਹਿਰ ਨੀ ਗੋਨਿਆਣੇ ਵਾਲਾ ਜੱਟ ਵੀ ਦਲੇਰਨੀ ਗੋਨਿਆਣੇ ਵਾਲਾ ਜੱਟ ਵੀ ਦਲੇਰਨੀ ਨੀ ਕਦੇ ਵੇਖੀ ਅਜਮਾ ਕੇ ਜੱਟ ਨੂੰ ਕੱਲੇ ਕੱਲੇ ਤੇਰੇ ਕੱਲੇ ਕੱਲੇ ਹਾਂ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨੀ ਸਾਡੇ ਕੋਲ ਦੀ ਬਲਾਦਰ ਵਿੱਚ ਤੂੰ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨੀ ਸਾਡੇ ਕੋਲ ਦੀ ਬਲਾਦਰ ਵਿੱਚ ਤੂੰ ਅੰਦਰ ਜਾ ਕੇ ਆਪਣਾ ਕੰਮ ਸ਼ੁਰੂ ਕਰ ਮੈਂ ਇੱਥੇ ਬਾਹਰ ਖੜਾ ਹੋ ਕੇ ਦਰਵਾਜ਼ਾ ਖੜਕਾਉਂਦਾ ਜੇ ਖੜਕਾ ਬੰਦ ਹੋ ਗਿਆ ਤਾਂ ਸਮਝੀ ਕੋਈ ਆ ਗਿਆ ਓਏ ਖੜਕਾ ਸੁਣ ਕੇ ਤਾਂ ਜਿਹਨੂੰ ਨਹੀਂ ਵੀ ਪਤਾ ਲੱਗਦਾ ਉਹਨੂੰ ਵੀ ਪਤਾ ਲੱਗ ਜੂ ਚੱਲ ਤੂੰ ਐਂ ਕਰੀ ਖੰਘ ਦੀ ਹੁਣ ਕੀ ਹੋ ਗਿਆ ਜੇ ਖੰਘ ਨਾ ਆਈ ਤਾਂ ਛਿੱਕਦਾ ਓਏ ਮਨੂੰ ਗੁੱਸਾ ਮਨੂੰ ਗੁੱਸਾ ਛਿੱਕ ਮਾਰੀ ਤੋਂ ਬਣਦਾ ਕੰਮ ਨਹੀਂ ਮਰਦਾ ਫਿਰ ਮੈਂ ਕੀ ਕਰਾਂ ਤੈਨੂੰ ਹੱਥ ਬੰਨ ਕੇ ਬੇਨਤੀ ਹੈ ਤੂੰ ਕੁਛ ਵੀ ਨਾ ਕਰ ਜੇ ਮੈਂ ਤੂੰ ਕੁਛ ਨਹੀਂ ਕਰਾਉਣਾ ਸੀ ਫਿਰ ਮੈਨੂੰ ਨਾਲ ਕਿਉਂ ਚੱਕੀ ਫਿਰਦਾ ਓਏ ਹੁਣ ਕੀ ਹੋ ਗਿਆ ਕੁਛ ਨਹੀਂ ਤਿਲਕਣ ਲੱਗਾ ਸੀ ਮਾੜਾ ਜਾ ਓਏ ਖੜ ਜਾ ਵੀਰੇ ਖੜ ਜਾ ਬੇਬੇ ਕਹਿੰਦੀ ਹੁੰਦੀ ਸੀ ਤੇਰੀ ਬੇਬੇ ਕਹਿੰਦੀ ਬਹੁਤ ਸੀ ਤੇਰੇ ਭੱਲੇ ਦੀ ਗੱਲ ਕਹਿੰਦੀ ਸੀ ਦੱਸ ਮੇਰੇ ਬਾਪ ਉਹ ਕਹਿੰਦੀ ਸੀ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਜ਼ਰੂਰ ਧਿਆਣਾ ਚਾਹੀਦਾ ਹੈ ਆਪਾਂ ਅਰਦਾਸ ਨਾ ਕਰ ਲਈਏ ਵੀਰੇ ਕਰ ਲੈ ਹੱਥ ਜੋੜੋ ਅੱਖਾਂ ਬੰਦ ਕਰ ਵੀਰੇ ਅਰਦਾਸ ਹੋ ਗਈ ਮੈਂ ਸੋਚਿਆ ਸੀ ਤੂੰ ਸ਼ੁਰੂ ਕਰੂੰਗਾ ਚਲੋ ਕਰੋ ਕੰਮ ਸ਼ੁਰੂ ਬਸ ਪਾਸਪੋਰਟ ਹੀ ਚੱਕੀ ਪੈਸੇ ਨਾ ਚੱਕ ਲਈ ਲੰਕਾ ਫਤੇ ਫੇਰੇ ਹੁਣ ਬਾਹਰ ਜਾ ਕੇ ਤੋਂ ਮੋਟੋ ਮੋਟੇ ਪਿੱਗ ਲਾਵਾਂਗੀ ਪਿੱਗ ਚਾਹੇ ਚਾਰ ਲਾ ਲਈ ਪਰ ਲੰਕਾ ਦਾ ਜਿੱਦ ਪੁੱਜ ਦੀ ਪਤੇ ਹੋਈ ਹੈ ਕਿਉਂ ਹੁਣ ਕੀ ਰਹਿ ਗਿਆ ਤਾਂ ਬਚਤਾ ਮੇਰਾ ਟਿਕਟ ਕਦੋਂ ਤੇ ਕਰਾਣੀ ਹੈ ਟਿਕਟ ਤੂੰ ਪਰਸੋਂ ਦੀ ਫਿਰ ਮੇਰੀ ਮਸਾਜ ਕੌਣ ਕਰਾਊਗਾ ਬੋਲਣਾ ਨਹੀਂ ਓਏ ਕਸਮਾ ਸਾਰਾ ਕੁਛ ਕਰ ਦੂੰਗਾ ਇੱਥੋਂ ਤਿਲਕ ਨਹੀਂ ਵੀਰੇ ਪਹਿਲਾਂ ਗੱਲ ਖੋਲ੍ਹ ਲੈਣੀ ਚੰਗੀ ਹੁੰਦੀ ਹੈ ਮਸਾਜ ਦਾਦੂ
तोड़ के आड़ी जे तुसी बग्गे मैनू आटे दी चिड़ी दी कहानी कौन सुनाया करू ओ पुत तेरी मम्मी सुना दूंगी तेनू आटे दी चिड़ी दी कहानी तू एनू जा लैण दे मम्मा कोले तां गल करन दा भी टाइम नहीं ओ कित्थों सुनाउणगे आटे दी चिड़ी दी कहानी दादू मैं नहीं मैं थोड़े नाल चलू ओ नहीं पुत फुल तां टाणियां नाल ही सोहणे लगदे ने मैं फुलां दी थां ते कंडे बीज बैठे सी हुण मैं नहीं चाहुंदा कि ओही कंडे मेरा पोता अपने मां बाप तो बिना चुके ना दादू मैनू नहीं पता मैं थोड़े नाल जाना जे तुसी बागे मेरे नाल खेडिया केड़ा करू पुत मैं हैगा ना असी दोवें खेडिया करांगे बांदर किला जिद ना कर पुत छड़ दे इहदा हथ हुण किहनू उड़ीकदा है तू तोड़ ते मोहता पिंजरा मार जाओ ठारी दादू नहीं जे तुसी बागे मैं मर जाऊं थोड़े बिना नहीं किवें मर जाएगा तू ही ना जाओ फिर ठीक है पुत्र नहीं जाना जो तब जाऊंगा सारे डबरू नाल लेके जाऊं नहीं तो मैं जाना ही नहीं पक्का वादा पापड़ पासपोर्ट पक्का वाह भाई वाह कमाल है तेरी तेरा तो कोई स्टैंडिंग नहीं है ओए तू तो कहना सी भी पासपोर्ट मेरे हाथ ते रख दे ते टिकट ले चोरियां करूंगा है भीख मंगूंगा हुन पासपोर्ट मैं तेरे हाथ ते रखता तू मुकरी गया मुंह दियां तन्ना खोल के बह गया वाह तेरे पल्या कुछ रिश्ते जो होंदे ने नौ मास वर्गे जिन्ना तो भज नहीं सकता बंदा ठीक है पर एक गल मेरी याद रखी तू जे है ना रिश्ते नते तो पीक ना मंगाई ता मैनू पाला ट्रांसपोर्टर ना कहीं तू रिश्ते ते तो भीख मंगाणगे याद रखी मेरी गल नू तू याद रखी भीख मंगेगा तू दलीपिया भीख हाँ जी तीए दस भी डॉलर दे दे देख ला शर्म तो नहीं आती भीख मंगद सरदार होके भीख मंगद निशा लीव इट यार मैं इदा कोई सरदार बंदा भीख मंगदा नहीं देखिया सरदार बंदे तो लंगर लाते ने ते तुसी अपनी पग नू दाग ला रहे हो कई बार मजबूरियां बंदे ने जे मोड़ ते खड़ा कर दिंदिया तीए जो असी सोच भी नहीं सकते तो सानू करना पैंदा मजबूरियां माई फुट वेलियां खाने का चंगा तरीका है तुहाडा ना ना तीए मैं वेलियां नहीं खांदा सारी उम्र दसां नौवां दी किरत खाधी है ते इसे किरत नाल मैं अपने परिवार नू सैट कीता है सुमरे भी हड्ड तोड़ भी मेहनत करदा ते जदों मेरी मेहनत दा चैक आउंदा ओह मेरी नूह खोह लैंदी मेरी नूह मेरा पासपोर्ट भी नहीं दिंदी पंज साल हो गए मैनू ओहदे कोल पासपोर्ट मंगदे हार के मैं पासपोर्ट तां चोरी कर लिया पर टिकट लैण जोगे मेरे को पैसे है नहीं
मैनू किसे ना किसे तरह मेरे पंजाब पहुंचा दिओ, अपने पिंड अपनी मिट्टी। वो मैनू दस भी पंजाब जाण दा टिकट दे दिओ। वो मेरी मजबूरी वल देखो सरदारा, मैं मजबूर आ। वो तू जा जा रहा सरदारों की भीख मंगदा है। मैं कहता मैं नहीं आना। ऐ किवें नहीं जाना पुत, हुण तां जाना ही पैना है, पावे हाथ पैर नरड़ के ना जहाज बिठाना पवे तैनू। ये की है? पासपोर्ट। बहुत काली सी ना तुहानू पंजाब जान दी, समझ नहीं आ रहा ऐसा किया पंजाब च। सब कुछ है, मैं जम्मे वाले उथे। तुसी जंपल उथो दे, ओ थोड़ा मुल्क आ, असी इथों दे जंपल आ, ए साडा मुल्क आ। तीए, एक बारी जाके तो देख मेरा रंगला पंजाब। ओ गॉड, थोड़ा रंगला पंजाब गंदला हो चुका है। अब चको पासपोर्ट ते जाओ। देख, जावांगे तो सारे कट्ठे जावांगे। अब सारे ने तो जाके की करना हुन? जड़ा ने अपनी पंजाब च। पंजाब 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 ओहो जा नहीं रहा जिद्दा दा तुसी सोच रहे हो। नहीं बच्चे, मैं पंजाब जहो जा छड़ के आया सी, पंजाब बिल्कुल ओहो जा ही है। तेनु गलत फहमी होगी। ठीक है, थोड़ा आ वहम भी दूर कर देने। अपा सारे चलते हैं पंजाब एक महीने लिए, ते जे पंजाब उदां दा रहा जिद्दा दा तुसी सोच रहे हो, मैं थोड़ी हर गल मनूंगी। पर जे नहीं रहा तां थोनू मेरी हर गल मननी पैनी आ। मंजूर? ओ नाला शर्त, नाला शर्त। मैं कोई नेपाल तो नहीं आया, मैं भी हुणे हुणे पंजाब तो आया है। हुण ओह जा पंजाब नहीं रहा जिहा तू सोचदा है। लगी शर्त। डन, कराओ टिकटा। चंगा भी मित्रा, मेरी मिट्टी नू मेरा सलाम कहीं। उनू कहीं के तेरा पुत तेरे तो दूर जरूर बैठे, पर तेरी खुशबू नू हाले ताईं नहीं भुलिया। मिट्टी नू तो कह दूं भाई, किसे बंदे बंदे नू भी कुछ नहीं हाल होना, दस दो ला दूं। नहीं बस ठीक है, तू मिट्टी नू कह दी, बंदियां नू मैं आपे ही कह लूंगा। ठीक है। अच्छा हुण एक गल सुन ले, मेरी ते हाल ना। हां दस। तेरा काम तो हो गया, हुण मेरा काम ना भुल ले। मैं कर दूं आके। मेरे तो जान ही होना, मेरे वालों थोड़ा जा शगन दे दी। उड़ीक दी होगी बेचारी, सारा टब्बर लेके जायो व्याह ते। लै जावांगे, मसा मसा तो पंजाब दा व्याह मिले देखण नूं। सति श्री अकाल ताया। 20 फुट दूर है, 20 फुट। नहीं ताया, मैं तो माफी मांगना आया। ते पैसे आ किराया है? नहीं ताया, ये तो उड़ा मरी धरती ते पैण वाली पहली बूंद आ, जिदे पैण नाल शायद साडे घर दा बगीचा फिर हरिया भरिया हो जाए। कनेडा आने तो पहला मेरे बापू ने सारी जमीन गहने रख के मैनू इत्थे भेजा सी। मैं भी इत्थे आके कोई हुल्लड़बाजी नहीं की, सगो 18-18 घंटे दिन रात काम करके कई कई दिन भुखे रखे रकम जोड़ी है। थोड़ा किराया तो ताया मैं फिर भी दे दूँ, पर मेरी अमानत मेरे घर पहुँचा दे, शायद साड़ी जमीन बच जाए, नहीं तो बैंक वाले साडा ट्रैक्टर ले जाएंगे। ताया किवें ले जाएंगे? तेरे ताए दे होंदे ट्रैक्टर, दस किवें ले जाएंगे? ओए अपने बापू नूं लै जाओ टाइम नाल, जिवें सारे कोलों पैसे फड़ी जांदे ने, दिल्ली एयरपोर्ट ते फड़िया जाणा ही। लवी कित्थे आ? कित्थे आ लवी?
सैफी तू मेरे ना गुस्से का तो आ मेनू ना बुला तू मेनू छड़ के पंजाब जा रहे हुन मैं तेरे नाल खेड्या करूंगी मैं ना उठों तेरे लिए टॉयज लेके आऊंगा खड़ौने तो इथे वे तो मिलदे हां 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 मैं तेरे लिए चॉकलेट लेके आऊंगा मेरे को तो बहुत सारे हैं हां आईडिया मैं ना तेरे लिए आटे दी चिड़ी लेके आऊंगा आटे दी चिड़ी ओ की हुंदी आ ओ बाली सोहनी हुंदी आ ओदी सोने दी चुंझ हुंदी आ विसाखी दियां सुनहरी कणका वर्गी ओदे पर हुंदी आ है वीरे जरूर लेके आई देखे वीरे भुल ना जाई प्रॉमिस पक्का प्रॉमिस आटे दी चिड़ी भी को भुलण वाली चीज आ हम नहीं तोड़ेंगे तोड़ेंगे तुम मगर तेरा साथ ना छोड़ेंगे ओ काका एक कार है कि दब दे थोड़ी जी टूट गई दोस्त ਇਹਨੇ ਦਬਣ ਨੂੰ ਕਿਨੇ ਗਿਆ ਸੀ ਡਿੰਗਰ ਕੋਈ ਓ ਮਾਈ ਗੋਡ ਜਾ ਕੇ ਦੇਖੋ ਕੀ ਹੋਇਆ ਓ ਮੇਰਾ ਯਾਰ ਮਾਰਤਾ ਓਏ ਲੋਕੋ ਅਸੀਂ ਪੱਟੇ ਗਏ ਓਏ ਮੇਰਾ ਗਰੀਬ ਯਾਰ ਕੀ ਹੋ ਗਿਆ ਵਾ ਲੱਗਦਾ ਦਿਲ ਪਾਟ ਗਿਆ ਵਿਚਾਰੇ ਦਾ ਓਏ ਉਹਨੂੰ ਦਿਸਿਆ ਨਹੀਂ ਕੋਈ ਨਹੀਂ ਗੱਲ ਸੁਣੋ ਆਧਾਰ ਕਾਰਡ ਹੈਗਾ ਕਿਉਂ ਕੰਮ ਆਊ ਵੀਰੇ ਜ਼ਮਾਨਤ ਵਾਲਾ ਕੀ ਚੱਕਰ ਹੈ ਚੱਕਰ ਤਾਂ ਉਦੋਂ ਪਤਾ ਲੱਗੂ ਜਦੋਂ ਜੱਜ ਸਾਹਿਬ ਨੇ ਤੁਹਾਡੇ ਕਚਹਿਰੀਆਂ ਦੇ ਚੱਕਰ ਤੇ ਚੱਕਰ ਦੇ ਚੱਕਰ ਤੇ ਚੱਕਰ ਦੇ ਚੱਕਰ ਤੇ ਚੱਕਰ ਕੜਾ ਕੇ ਤੁਹਾਡਾ ਚੱਕਰ ਚੁੰਡਾ ਬਣਾਤਾ ਕੀ ਪਕਾਈ ਮਰੀ ਜਾਣਾ ਯਾਰ ਹੁਣ ਦੇਖੀ ਇਹਦੇ ਲਾਸ਼ ਚੌਂਕ 'ਚ ਰੱਖ ਕੇ ਚੱਕਾ ਜਾਮ ਕਰੂੰ ਚੱਕਾ ਵੀਰ ਜੀ ਰੁਕੋ ਪਹਿਲਾਂ ਤੁਹਾਡੀ ਵੀਡੀਓ ਤਾਂ ਬਣਾ ਲਾਂ ਵਿੱਚ ਪਾ ਲਾ ਫਿਰ ਉਹੀ ਗੱਲਾਂ ਯਾਰ ਵੀਰ ਜੀ ਆਪ ਪੈਸੇ ਲੈ ਲਓ ਵੀਰ ਜੀ ਨੂੰ ਰੱਖੜੀ ਬਣ ਤੇਰੀਆਂ ਨੂੰ ਵਿੱਚ ਪਾ ਲਾ ਹਾਏ ਵਾ ਰੱਬਾ ਓਏ ਗਰੀਬਾਂ ਨੂੰ ਪੈਸਿਆਂ ਨਾਲ ਖਰੀਦਣ ਲੱਗੇ ਨੇ ਛੇੜੀ ਹੈ ਅਸੀਂ ਗਰੀਬ ਜ਼ਰੂਰ ਆ ਪਰ ਬਕਾਊ ਨਹੀਂ ਹੈਗੇ ਅਸੀਂ ਆਪਣੀਆਂ ਜ਼ਮੀਨਾਂ ਵੇਚ ਦਿੰਨੇ ਆ ਪਰ ਜ਼ਮੀਰ ਨਹੀਂ ਹਾਂ ਪਰ ਇਹਨੇ ਕ ਨਾਲ ਤਾਂ ਹੱਡ ਗੋਡੇ ਵੀ ਨਹੀਂ ਠੀਕ ਹੋਣੇ ਭੈਣ ਜੀ ਹਾਂ ਓ ਯਾਰ ਬਹੁਤ ਆ ਹੁਣ ਮੇਰਾ ਬੁਲਟ ਬੁਲਟ ਦੇ ਡੰਡੇ ਬੰਦ ਕਰਾਉਣੀ ਬਹੁਤ ਔਖੀ ਆ चिर क्यों लाता जो मैं पिंड का सरपंच हुंदा सी इन्ने चिर च मैं 150 मसले हल कर दिंदा सी अद्धे घंटे का बापू ओदे तों पग वाला मसला तां सूत नहीं होया हैलो उस्ताद ਪੰਜ ਗਰਾਵੀਆਂ ਇਕੱਠੇ ਕਰ ਦਿਆ ਅੱਜ ਨਾਲੇ ਕੁਆਂਟੀਟੀ ਦਾ ਕੁਆਲਿਟੀ ਵਿੱਚ ਫਰਕ ਨਹੀਂ ਆਉਣਾ ਚਾਹੀਦਾ ਮੇਰੇ ਵੀਰ ਨਗਦ ਦਵਾਂਗੇ ਪੈਸੇ ਦੀ ਪਰਵਾਹ ਕੋਈ ਨਹੀਂ ਪਤੀਆਂ ਤੈਨੂੰ ਉਸਤਾਦ ਅੱਜ ਜੇ ਇਹ ਆਪਣੇ ਹੱਡਕੇ ਨਾਲ ਨਾ ਚੜਦੇ ਅੱਜ ਬੁਲਟ ਵਿਕ ਜਾਂਦਾ ਆਪਣਾ ਸਨੀ ਵਿਕ ਜੂ ਬੁਲਟ ਨਹੀਂ ਵਿਕਦਾ ਦਾਦੂ ਤੁਸੀਂ ਤਾਂ ਕਿਹਾ ਸੀ ਪੰਜਾਬ 'ਚ ਪੰਜਾਬੀ ਪਹਿਲੇ ਨੰਬਰ 'ਤੇ ਲਿਖੀ ਹੁੰਦੀ ਆ ਇੱਥੇ ਤਾਂ ਤੀਜੇ 'ਤੇ ਲਿਖੀ ਹੋਈ ਆ ਉਹ ਕੋਈ ਨਹੀਂ ਪੁੱਤ ਗਲਤੀ ਹੋ ਜਾਂਦੀ ਆ ਕਦੇ ਕਦੇ ਹੋ ਜੂ ਠੀਕ ਹੈ ਠੀਕ ਹੈ ਇਹ ਪੰਜਾਬੀ ਕੁਝ ਜ਼ਿਆਦਾ ਨਹੀਂ ਮੌੜ ਹੋ ਗਏ ਕਿਉਂ ਉੱਥੇ ਆਪਣੇ ਕੋਲੋਂ ਗੱਡੀ ਦੀਆਂ ਕਿਸ਼ਤਾਂ ਨਹੀਂ ਦੇਈ ਹੁੰਦੀਆਂ ਇੱਥੇ ਗੱਡੀ ਨਾਲ ਕੱਟਾ ਬਣੀ ਫਿਰਦੇ ਆ ਨਾ ਨਾ ਗੱਡੀ ਨਾ ਕੱਟਾ ਨਹੀਂ
कट्टे ना कट्टे बनी हुई है। पूछो कितना टाइम लगूगा? कहा तो टाइम चक्या है, कोई आ भी रहा कि नहीं। ओए पुत, वेलकम दिया तैयारियां शेरन नु टाइम ता लगी जांद। देखो जदों आके मेनू सारे ने मोढ़ियां ते चक लिया ना, फिर किवें ढोल वजदे ते भंगड़े पैंदे है। बिल्कुल मैथों नहीं भंगड़े पैंदे स्ट्रेस च। ढोल दी बीट माड़ी जी वेस्टर्न रख लियो, माड़ा जिहा कॉस्ट्यूम इशू आ रहा है इधर। सहुरे सामने नूह नचदी चंगी लगू, इहनू कसर ढक के रखे। मैं कहना हुणे चुन्नी लै लैंदे, इन्होंने कहा कि पिंड है ना लैंदी है। चढ़ाई देखी पर क्या ही तेनों ऊँ फिरी जाने उ। माड़ा जा तैयार, स्टेप करना बरोबर आवे तेरा, आ जा। चलो भाई फड़ो, हुण तां चुन्नी बनदी है ना सिर ते, लै लो। सस्तीकल दोस्तों, सॉरी स्वेर दा मैं लाइव नहीं हो पाया क्योंकि एक्चुअली आई हैव टू कवर दिस स्पेशल इवेंट फॉर यू ऑल। ओए पुत्त पुत्त की हुंदा? माय सेल्फ फ्यूचर सिंह। फ्यूचर कुछ तुंदला तुंदला नहीं लग रहा है? ड्यूड अपने खोपे ला के ना मम्मा हुना नु दबो ताकि उनानु फ्यूचर क्लियर क्लियर दिखे। अब बड़ी पूछो जल्दी की पूछना। एक्चुअली आई हैव टू कवर अंतिम अरदास। ए मर कौन गया? पता नहीं तानू, विरसे का प्रेम मर गया। ड्यूड इंस्टा ते हो तुसी? ना। डाउनलोड करो ते मेनू फॉलो करो क्योंकि आन वाला टाइम बाई दा। ओए गिंडे चुप। शुक्र लाइव नहीं सी। वैसे दादू ए नचदे क्यों सी? पुत इनू बबान कहंदे आ। अच्छा जदों कोई घर दा बुजुर्ग मर जांदा ना तां उहदे घर वाले आई भंगड़ा पाउंदे ने। फिर इहदा मतलब जदों तुसी मरोगे असी वी आई भंगड़ा पाउंगे? लवी चुप। हुण चलोंगे कि मोढ़ां ते जाणा है? शूटिंग तो हुण वैसे भी नहीं होनी जी। क्यों नहीं होगी? मालिक आ गए जी। तो तुम कौन हो? मैं थोड़ा दास, थोड़े चरणा दी धूड़, थोड़ा गुलाब सो। पहला बिहार तो भुखा मरदा मेरा बाप आया सी जी थोड़े कोले, कई सालों तो दास थोड़ी सेवा दे विच हाजिर है जी। तू कहना की चाहना है? बस माफी दे दो जी। ओ माफी दे लगदा पहला ऐ दस हवेली दा जुलूस क्यों कढाया तू? जुलूस तो जनाब पहला निकलिया हुआ सीगा जी, कबूतरा ने बिठा कर करके इन्ना ढेर ला रखा सी जी, मैं तो करा ला के साफ कराइया ने जी। ए तो जाउंदे रहण जी फिल्म वाले जिन्हां ने कली कुची करके थोड़ी हवेली चमकाती। गल सुनो, हां जी तू मैनूं लैण क्यों नहीं आया?
पिछले 15 सालों तो तुम लंडू जो पैग ला के मैं रोज फोन कर देते सी भी मैं कल नू आ रहा आंदे है नहीं सी बस यकीन ही नहीं रहा जी थोड़े ते ऐतकी मैं जदों तैनू फोन कीता तड़का सी उत्थे मेरी पीती हुई नहीं सी इत्थे तां शाम सी जी फिर मैं पी ली होनी माफी दे जी हुण तू इन्हां नू इत्थों कढ दे कि नहीं जां मैं खुंडा फेरां ना जी ऐ ना करो जी देखो ये भी विरसे दे फिल्म बना रहे ने जी तुसी नहीं चाहुंदे भी अपना विरसा बचा रहे जी देखो जी आ जिहड़ी तुसी पग बन्नी सिखाई सी उहदा ही वास्ता नहीं तां बाली बेइज्जती हो जूगी जी मेरी फिर दिन निकल तो पहले इन्हां नू इत्थों तोड़ दे सवेरे सिख बोल दे नाल ही कर दूंगा जी जमा वेली मिलूगी जी थोनू कोठी ठीक है जी मान गए जी तुसी कर लिए जी शूटिंग जो बोले सो नहा गणपति बप्पा मंगल मूर्ति तेन पता हो ताया संदोख राती मेरे सुपने च आया आप कहिंदा सी नरकां च बड़ी पीड़ आ मैं आप कांदे बैठा ਵਿਰਸਾ ਚੋਂ ਕਿਵੇਂ ਆ ਬਸ ਆਖਰੀ ਸਾਹਾਂ ਦੀ ਆ ਜੀ ਉਹ ਹੈ ਕਿੱਥੇ ਇੱਥੇ ਕਿਤੇ ਡੰਗਰਾਂ ਵਾਲੇ ਵਾੜੇ ਚ ਲਾਇਆ ਪਿਆ ਹੋਣਾ ਖੂੰਜੇ ਕਿਵੇਂ ਆ ਵਿਰਸਾ ਸਿਆ ਤਕੜਾ ਉਹ ਤਾਇਆ ਤਕੜੇ ਨੂੰ ਇਹਨੇ ਕੋਲ ਲੱਗਣਾ ਓਏ ਇਹਨੂੰ ਡੰਗਰਾਂ ਵਾਲੇ ਸਿੱਟੇ ਧੁੱਪ ਚ ਉਧਰ ਕੋਠੀ ਚ ਨਹੀਂ ਪਾਇਆ
साग मक्की दी रोटी दुध दही मक्खन क्यों खाओ देखो कि मैं नौवर ना हुंदा नाले पिज्जा बर्गर खवाउण नूं इह बलैतो आया राइट पर्चियां कढ़दे फिरदे पर एक गल आया थोड़े अर्गे NRI भरावां दा साथ होना चाहिए फिर शायद विरसा बच जाए विरसा पर्चियां कट्टण नाल नहीं बचदा सांभ संभाल नाल बचदा बचा लो ये देखी सरदार जी ये का कहल जाला बेना इधर आ हाँ एक रो कहल जाला मोहनी मोहनी बिल्कुल ठीक बोला तू तो बहुत चलाक बार है हाँ ये का नाम तो मालूम होना का बा एक रो कहल जाला पालू भालू भालू नहीं रे पालू भालू रे भालू नहीं पालू कहते हैं रे लल्ला एक नाम जाना था ना नहीं जाना था ये जो है एक नाम है जाता कहा पहले हम चक्की कहने होंगे बिल्कुल सही बोले हैं और ये सब जो है ना ये है तुहार बिरसा और हमारे सरदार जी है ना वो संभाल के रखे है तुहार बिरसा मैं तो लगता खंडियाले सरदार जी ने बिरसा आ की है ये जो है ना एक नाम बा संदू ते यहाँ संदू लवी 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 अंदर रख लवी बेबी आलू वाले परांठे बना के दही ये कौन भाषा में बात कर रहा है भोजपुरी में काहे नहीं बोलता अपना भाषा में ओ पुत कोई पुरी क्यों हूँ जदों इन्होंने रहना ही इत्थे है बोलन दो पंजाबी आही तो मैं कह कह के थक गई कि लवी नूं अंग्रेजी सीखन दो रहना तो उन्हें कनेडा ची आ है ना झोटे मूहरे सरंगे भी आउंदा फायदा कोई ओए पुत मुहावरा गलत करी जाना मैं इस अगे बीन हुंदी है चल तू तैयार हो आपां शहर घूम के आउने आ लवी तैयार हो जा चलिए मैं नहीं जाता थोड़े ना शहर शुर घूमना मैं जाऊं मेरे दादू नाल घूमने पिंड क्या दादू शाबाश निकल गया तेरे थों दस्ती गल चलो जो तो मैं तेरे किस टाइम दसी ना आपके दादे दे मोटियां ते बैठ के पहला जी गिरो दी पट्ठी ते जाके दाने बनाने फिर चपड़े फिर उतो चले जाना सत च सत च बाबे ने बहुत तंग करना भी उथे बड़े बड़े बैठे हुंदे सी खास है उतो फिर राम सिंह बाबे की दुकान से जाके उतों मरूंडा लैके खाना मरूंडा मरूडा चप के फिर तेरे अर्गे जवाक करके कट जा उन्होंने नाल लैके फिर मैं चलिया जाना भाई टूबे से टूबे से जाके मैसा दिया पूछा फड़ के कद सिंह मरूड़ी जाने आए फुर फुर स्कूटरी बना लेना मैं तो फिर टूबे छाला मार मार सारी दिहाड़ी नहाई जाना टूबा की हुंदा आ जा दिखा देना पानी दी प्यास लगी है थक गए कत कर दी है तुरदी तुरदी थक गई ता कर दिया यार हुन तू थक गई ते मेरा की कसूर है थोड़ा कोई कसूर नहीं कसूर थोनू जमन आले दा है जिने अब अखटारा खरीद दिया हटाओ तारा गडूरा ना केनु वी तो बता दिए रे इस गुस्सा कर दिया है चल पत चल मेरे बापू दी मशुके ओ काका ऐथे एक पट्ठी हुंदी सी दाने भन्नण वाली पट्ठी पुट्ठी दा है नहीं पठा ए लाउणा है पट्ठी पालदा जूट पॉपकॉर्न खाएंगा ओए फिर नेना बड़ी जाना अजय तू अब फिर डफली लाइफ डार्लिंग चक पॉपकॉर्न
कनेडा तो मैं पॉपकॉर्न खाना ही है। मैं तेन इतना गंदलों का साग कितों खा दिया छोटे। ओ हेलो छोटे की होंगे सॉरी अंकल मुरुंडा दियो चॉकलेट की है खानी है कुछ मीठा हो जाए खाला माड़ा जा खाला है ना करे कर खाला भुख लगी सी स्वाद है ना ठीक ही है मैनू भी भुख लगी माड़ी जी की भुख लगी सी खवा दें पूरा खा लो स्वाद आ बड़ा प्यार कर दी है आले अच्छा पुत साथ तेन ताशा खड़कनिया दिखाव बुढ़े बुढ़े बंदे एक दूजे भाभी दौर बना बना के ओ जेठ दौर बन बन के एक दूजे की खिचतू करते हैं बहुत नजारा आओ तू आ जा हुन टाइम किन्ना क लगू टाइम केड़ा लगना है आ गया बस ओ दादू चलिए के होर कराउने कुत्ते खानी ये साथ दिया रौनक किथे गईया कॉफी हाउस छोटा हुंदा सी ना बेबे ने रोंदे नूं चुप कराउण वास्ते आटे की चिड़ी फड़ा देनी आटे की चिड़ी हाथ च फड़ के ऐ लगता से जिवें बेबे ने सारी दुनिया दी खुशियां मेरी मुट्ठी च फड़ा दी हो अज अपने कोले कोठियां कारां सब कुछ रब ने बहुत खुशियां दित्तियां पर आटे की चिड़ी वर्गी खुशी नहीं मिली एक गल तां है कई बार आपां वड्डियां खुशियां लभदे लभदे छोटियां खुशियां गवा लैंदे आ अज किन्ने टाइम बाद आपां एक दूजे नूं महसूस कीता अच्छा मैनू एक प्रॉमिस करो अज तो बाद असी वड्डियां खुशियां पिछे नहीं छोटियां खुशियां पिछे पर जांगे ठीक है जी जो होगा अरे दीदी जी हमको तो लिट्टी चोखा का बहुत याद आता है यहाँ साग खा खा कर तो ना पूरा देह ही हरिहर हो गया है ऊपर से ही ताड़ी बहुत बानो वाला मंजी हो गए ओ मंजी उते बैठी पाया ओ बनिया नवाब होवे अपनी पंजाब होवे कर दा शराब होवे नवाब साहब ए पंजाब थोड़ा कदों तो हो गया जदों से तुसी छड़ के चले गए जी एनू हाँ गुलाब हाँ जी असी तो पंजाब छड़ गए पर साढ़े पंजाब ने सानू नहीं छड़िया सानू भी बिहार नहीं छड़दा जी साढ़ा कोई तू आया कर हुण गंडा कोई सलूना सलाना तो मंगा रेशमा हाँ। अरे इतना प्यार से काहे बोलता हो जा गंडे ले गया काहे तुहार हाथ टूट गया है का अरे हाथ तो ना है टूटल तुहार हाथ के खाए से स्वदवत दुगना हो जात है क्या रहेगा मम्मा गुलाब अंकल हुरे अपना देश छड़ के अपने पंजाब च क्यों आए ने पोते जिथों दे उथे गरीबी बहुत आ ए बेचारे रोजी रोटी लई पंजाब आए मतलब अपना पंजाब अमीर है हाँ बहुत अमीर है दादू अपा अमीर है हाँ पुत आ देखता एडी वड्डी हवेली जमीन जायदाद नौकर चाकर ये सब कुछ अमीरा कोल ही हुंदा फिर अपा कनाडा के डोके लैन गए सी दस दो ये लीजिए थैंक यू वेलकम कनेडियन होन
हेलो ओ सरपंचा तैं चंगी कीती यार साडे नाल ओ यार शगन सी अज भैण दा ओ दिमाग जो निकल गया यार माफ करी माफ करी ओ अज शगन भुल गया कल नू व्याह ते भी ना जाई यार तू ले ऐ किवें नहीं जाऊं घर दा व्याह है अपने सारा टब्बर लेके जाऊंगा उत्थे ओ मैं तैनू कह रहा तू जाई तां सही तेरी उत्थे इन्नी ज्यादा सेवा होनी है ना तेरे अगे पिछे भंभीरी वांगू घूमण गए सारी उम्र याद रखेगा ब्याह नू हां चिंता ना कर चिंता ना ओ जावेंगा ना पक्का पक्का चंगा फिर सत श्री अकाल लो भाई खिच लो तैयारियां कल नू सारे परिवार ने आपां ने व्याह ते जाना सत वचन जी पंजाब दा पूरा कल्चर दिखावांगे आपां वी किवें भंगड़े पैंदे ने किते पैंदे ने लवी कर ले कुर्ता चादरा तैयार कल वास्ते ਵਾਹਿਗੁਰੂ ਸੱਚੇ ਪਾਤਸ਼ਾਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤਾਂ ਤਲਾ ਕਰੀ ਮਾਤਿਆ ਵਾਹਿਗੁਰੂ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਤੂੰ ਹੀ ਤੂੰ ਤੇਰਾ ਹੀ ਆਸਰਾ ਬਾਬਾ ਜੀ ਮਾਫ਼ ਕਰੇ वाहिगुरु सच्चे पातशाह दे घर तों करनी चाहीदी है ते वाहिगुरु जी दा भी फर्ज बन जांदा है ओ भी सभ्याचार मेले च थोड़ा जिहा योगदान पावे ओ मैं आए नहीं सी कहा ये योगदान पाउणा सी चज नाल पाउंदा बाबे ने कड़ा मना करना सी तू मैनूं पहलां दा जिथे मैं 50 दी भड़काई आ उथे मैं 100 दी कट देंदा ओ आए नहीं कट्टी दी मूर्खा परची मैं दसदा किवें कट्टी दी आ चल मेरे नाल मंदिर ओ नहीं एनआरआईयां दे यस ओ तू बहुत मच्छर दा उधर जान नू लब्बू ओए हां नाले तक कैनेडियन करंसी लेके आवांगे नाले दर्शन करांगे ओए छेती चल क्या सी ना कि जदों भी कोई मैरिज होगी थोड़े पसंद के कपड़े जरूर पाऊं हुण तां खुश हो ना एक कमी है कि मैं कितें मेरी वे नजर ना लग जे एक गल कहां जान जी कहो जी मैं बापू जी दे खटारे च नहीं बहना मिठी गए हूँ खटारा नहीं रही गुलाब ने सर फना तो होती पर जे मेरे लड्डू खटारा खराब हुई ना मैं तक्का नहीं लाना कामड़ गए बापू जी तो गुलाब कादे वास्ते ने मैं तो फिर भी जे लोड़ पई घनेड़ी चक लांगे ना जे थोड़े टशने वशने पूरे हो गए हूँ ਆਪਾਂ ਚਲੀਏ ਕਿ ਹੁਰੀ ਸੱਦ ਲਿਆ ਮੈਂ ਬਰਾਤ ਲਵੀ ਪਤ ਤੂੰ ਜਾ ਤੇਰੇ ਡੈਡ ਦੀ ਲਿਪਸਟਿਕ ਲਾਉਣੀ ਰਹਿ ਗਈ ਚਾਚਾ कमरिया ओहो कमरिया करेला पाला लॉली पॉप लागे कमरिया ओ हेलो कमरिया आज सवेरे सवेरे गड्डी तो ही जाना नहीं गड्डी नु पानी दे रहे की पता बड्डी हो जो किथे चले मर्ग दे भुगते चले तू जाना अच्छा अच्छा भंगड़ा पाउन चले मर्ग ते की मतलब
ਆਹ ਦੇਖ ਸਾਰਾ ਟੱਬਰ ਦਾ ਪੱਬੀ ਮੈਂ ਬਣਿਆ ਫਿਰਦਾ ਸਾਹਿਬ ਇਹ ਤਾਂ ਸੱਚੀ ਬੀਨ ਬਾਜੀ ਵਾਲੇ ਬਣੇ ਫਿਰਦੇ ਨੇ ਪਰਚੀ ਜੀ ਕਟਾਉਣੀ ਸੀ ਮੇਲਾ ਕਰਾਉਣਾ ਨੇ ਵੱਡੇ ਜਗਦੇਵ ਜਸਵਾਲ ਨੇ ਭਾਜੋ ਇਥੋਂ ਤੁਸੀਂ ਤਾਂ ਕੱਪੜੇ ਪਾ ਲਓ ਜੀ ਕਿਉਂ ਆ ਕੱਪੜੇ ਨੀ ਕਲਚਰ ਹੈ ਆਪਣਾ ਕੱਪੜੇ ਤਾਂ ਹੈਗੇ ਜੀ ਪਰ ਲੱਗੀ ਹਵੇਲੀ ਵਾਲੇ ਪੁਤਲੇ 'ਚ ਜਾਂਦੇ ਹੋ ਉਹ ਇੱਕ ਦਿਨ ਧੁੱਪ ਵਾਂਗੂ ਠਾਲ ਜੂ ਜਵਾਨੀ ਤੇਰੀ ਉੱਡ ਜੂ ਕਪੂਰ ਵਾਂਗੂ ਰੰਗ ਬੱਲੀਏ ਨੀ ਆ ਜਾ ਮਿੱਤਰਾਂ ਦੀ ਆਹੇ ਆਹੇ ਮਿੱਤਰਾਂ ਦੀ ਖੰਗ ਵਿੱਚ ਖੰਗ ਬੱਲੀਏ ਨੀ ਆ ਜਾ ਮਿੱਤਰਾਂ ਦੀ ਲੇਟ ਹੋ ਉਹ ਜੁੱਤੀ ਝਾੜ ਕੇ ਚੜੀ ਮੁਟਿਆਰੇ ਨੀ ਗੱਡੀਆਂ ਛਕੀਨ ਜੱਟ ਦੇ ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ ਹੈ ਝਾੜਾ ਤੁਸੀਂ ਤਾਂ ਮਾਲਕ ਹੋ ਤੁਸੀਂ ਤਾਂ ਗੰਦੀ ਨਾਲ ਬੈਠ ਸਕਦੇ ਹੋ ਬੈਠੋ ਬੈਠੋ ਹਾਂਜੀ ਬਹਿ ਜਾਓ ਮਾਰਲਾ ਪਾਸਾ ਲਟਿਆ ਪਿਆ ਗੁਲਾਬ ਪਾ ਗਿਆ ਬਾਈ ਤੁਰੋ ਸਤਿ ਸ੍ਰੀ ਅਕਾਲ ਜੀ ਲੱਭੇ ਓਏ ਹੈ ਇਹ ਗੱਲ ਕਹਾਂ ਕਹਿ ਹੋਵੇ ਇਸ ਲੰਗੂਰ ਕੋਲ ਅੰਗੂਰ ਜੱਚਦਾ ਬਹੁਤ ਹੋਵੇ ਗੁਲਾਬ ਕਿਤੇ ਵਿਆਹ ਹੋ ਤਾਂ ਨਹੀਂ ਹਟਿਆ ਕੋਈ ਦੀਂਦਾ ਵੀ ਨਹੀਂ ਜੀ ਟੈਂਟ ਵਾਲੀਆਂ ਕੁਰਸੀਆਂ ਤਾਂ ਇੱਥੇ ਪਈਆਂ ਖੜਾ ਕੀ ਕਰਦੇ ਪਤਾ ਕਰ ਇੱਕ ਮਿੰਟ ਜੀ ਮੈਂ ਪਤਾ ਕਰਕੇ ਆਉਂਦਾ ਹਮ ਬੋਲਤਾ ਨੀ ਇਹ ਸਰਦਾਰ ਹਮਰਾ ਪਾਸਾ ਕੈਸੇ ਜਾਣ ਗਏ ਅਰੇ ਕੌਣਾ ਜ਼ਿਲ੍ਹਾ ਛਪਰਾ ਜ਼ਿਲ੍ਹਾ ਅਰੋਆ ਰਾਜਘਾਟ ਰਾਜਘਾਟ ਹਾਂ ਅਰੇ ਉਹਨੇ ਤੋਂ ਹਮਰਾ ਸਸੁਰਾਰ ਬਾ ਮੁਕੇਰ ਮੁਕੇਰ ਕੇ ਕਰਾਈ ਹਾਂ ਲਲਕਾ ਮਰੂਤੀ ਵਾਲਾ ਮਹਿੰਦਰ ਕੇ ਹਾਂ ਅਰੇ ਉਹ ਹੈ ਤੋ ਹਮਾਰ ਸਸਰ ਬਾ ਦਦੂ ਇਹ ਗੱਲਾਂ ਕੀ ਕਰਦੇ ਆ ਤੂੰ ਪਿੰਕੀਆ ਕਾ ਕੁਟੁੰਬ ਵਾਲਾ ਨਹੀਂ ਸੁਮਿਤਵਾ ਕੇ ਅਰੇ ਫਿਰ ਤੋ ਹਮ ਨਹੀਂ ਸਾੜੂ ਨਿਕਲ ਗਈ ਨਹੀਂ ਓਏ ਕਿਉਂ ਜਫੀਆਂ ਪਾਈ ਜਾਂਦਾ ਸਾਨੂੰ ਵੀ ਦੱਸ ਦੇ ਸਾੜੂ ਨਿਕਲ ਗਏ ਉਹ ਕੀ ਨਿਕਲ ਗਈ ਮੇਰਾ ਸਾਡੂ ਲੱਗਦਾ ਜੀ ਰਿਸ਼ਤੇਦਾਰੀ ਨਿਕਲੇ ਪੜਕੇ ਭਈਆ ਇਹਨੂੰ ਚੰਨੀਆ ਕੌਣ ਬਾ ਨਾ ਚੰਨੀਆ ਨਹੀਂ ਖਾਨ ਹਮਾਰ ਮਾਲਕ ਬਾਰਨ ਕਨਾਡਾ ਸੇ ਆਇਲ ਬਾਰਨ ਬੜਕਾ ਭਈਆ ਹਮਰਾ ਮਾਲਕ ਵੀ 10 ਸਾਲ ਸੇ ਕੈਨੇਡਾ ਰਹਿਤ ਰਹੀ ਮਤ ਬਲ ਤੁਮ ਹੋ ਹੁਣ ਵਿਆਹ ਤੇ ਜਾਵੇਂਗਾ ਕਿ ਇੱਥੇ ਦੇਵਾਂ ਤੈਨੂੰ ਮਿਲਣੀ ਵਾਲਾ ਕੰਬਲ ਉਹ ਸਭ ਤੋਂ ਠੀਕ ਬਾ ਸਾਦੀ ਕਹੂਆ ਬਾ ਬਾਹਰ ਮੈਰਿਜ ਪੈਲੇਸ ਵਾਮੇ ਉਹ ਯਾਰ ਆਪ ਦੀ ਭਕਾਈ ਬਾਅਦ ਚ ਮਾਰ ਲਈ ਪਹਿਲਾਂ ਵਿਆਹ ਦਾ ਤਾਂ ਦੱਸ ਦੇ ਕਿੱਥੇ ਹੈ ਅਯੋ ਬਾਹਰ ਮੈਰਿਜ ਪੈਲੇਸ ਵਾਮੇ ਹੈ ਕਿੱਥੇ ਬਾਹਰ ਹੈ ਜੀ ਮੈਰਿਜ ਪੈਲੇਸ ਦੇ ਵਿੱਚ ਵਿਆਹ ਉਹ ਪਿੱਛੇ ਬੁੜਾ ਗੱਤਕਾ ਖੇਡੀ ਜਾਂਦਾ ਕੌਣ ਹੈ ਉਹ ਉਹ ਤਾਂ ਜੀ ਕਰਦਾ ਲਾਣੇਦਾਰ ਹੈਗੀ ਘਰ ਦੀ ਰਾਖੀ ਕਰਦਾ ਹੈਗਾ ਅੰਨਾ ਵਿਚਾਰਾ ਉਸ ਕੋ ਦਿਖਤਾ ਨਹੀਂ ਹੈ ਫਿਰ ਤਾਂ ਦੂਰੀ ਪਛਾਣ ਲੈਂਦਾ ਹੁਣ ਚੋਰ ਚੱਕੇ ਨੂੰ ਵੀ ਇਹ ਤੋਂ ਬਿਨਾਂ ਹੀ ਵਿਆਹ ਹੋਈ ਜਾਂਦਾ ਚਲੋ 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 ਤੁਹਾਡੇ ਬਾਪੂ ਦੇ ਖਟਾਰਾ ਨੇ ਜਲੂਸ ਕਢਾ ਕੇ ਰੱਖਤਾ ਇੱਕ ਤਾਂ ਤੱਤੀ ਬਹੁਤ ਚੱਲਦੀਆਂ ਗਲਤਾਂ ਸੁਣ ਲਾ ਓਏ ਐਂ ਕਾਤੇ ਕਰਦੀਆਂ ਆ ਹੁੰਦੇ ਆ ਪੰਜਾਬ ਦੇ ਵਿਆਹ ਉਹ ਆ ਕੋਣ ਨੇ ਰੰਗ ਬਰੰਗੇ ਜੀ ਆਪਣੇ ਨਾਲ ਦੀ ਲੱਗਦੇ ਨੇ ਆ ਪੁੱਛੀਏ ਹੈਰ ਰੁਕੋ ਓਏ ਕਿੱਧਰ ਕਿੱਧਰ ਚੱਲੇ ਹੋ ਵਿਆਹ ਤੇ ਚੱਲੇ ਆ ਦਿਨਾ ਨਹੀਂ ਮੁੰਡਾ ਭੰਗੜਾ ਪਾਈ ਜਾਂਦਾ ਉਹ ਵਿਆਹ ਹਲੇ ਸ਼ੁਰੂ ਹੋਇਆ ਫੇਰ ਲੈ ਜਿਓ ਵਧਾਈ ਚਲੋ ਵਧਾਈ 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 ਪੰਜਾਬ ਸੱਭਿਆਚਾਰ ਗਰੁੱਪ ਵੱਲੋਂ ਆਪ ਸਭ ਨੂੰ ਵਧਾਈ ਓਏ ਆਪ ਵੀ ਭੌਂਕੀ ਜਾਏਗਾ ਜਾਂ ਕੁੜੀਆਂ ਵੀ ਬੁਲਾਏਗਾ ਬਸ ਵੀਰ ਜੀ ਚੰਦ ਮਿੰਟ ਦਿਓ ਚੰਦਾ ਮਿੰਟਾਂ ਦੇ ਵਿੱਚ ਪੰਜਾਬ ਸੱਭਿਆਚਾਰ ਗਰੁੱਪ ਦਾ ਪੂਰਾ ਟੱਬਰ ਤੁਹਾਡੇ ਵਿਚਕਾਰ ਪਹੁੰਚਣ ਵਾਲਾ ਜੀ ਨਾ ਸਾਰੇ ਟੱਬਰ ਨੇ ਇੱਕੋ ਹੀ ਪੇਸ਼ਾ ਫੜਿਆ ਓਏ ਉਹ ਘੱਟੋ ਘਾਟਾ ਜਵਾਕ ਨੂੰ ਤਾਂ ਬਖਸ਼ ਦਿੰਦੇ ਤੂੰ ਕਹਿਣਾ ਕੀ ਜਾਣਾ ਓਏ ਢੋਲਕੀ ਕਿੱਥੇ ਹੈ ਢੋਲਕੀ ਰਹਿਣ ਦੋ ਯਾਰ ਢੋਲਕੀ ਤੋਂ ਬਿਨਾਂ ਹੀ ਆ ਜਾਓ ਨਹੀਂ ਤਾਂ ਇਹਨਾਂ ਨੇ ਮੇਰਾ ਧਾਮਾ ਪਾੜ ਦੇਣਾ
ਟਿੱਕੀਆਂ ਲਿਆਵਾਂ ਭੱਜ ਕੇ ਸਾਨੂੰ ਸਮਝਦਾ ਗਿਆ ਓਏ ਮੈਂ ਤੁਹਾਨੂੰ ਜੀ ਕੁਛ ਨਹੀਂ ਸਮਝਦਾ ਥੱਪੜ ਦਾ ਨਾ ਮਾਰੋ ਚੰਦ ਮਿੰਟ ਦੇ ਦਿਓ ਓਏ ਚੰਦ ਮਿੰਟ ਆਪਣੇ ਛੇਤੀ ਪੂਰੇ ਕਰ ਲੈ ਨਹੀਂ ਤਾਂ ਮੈਂ ਤੈਨੂੰ ਪੂਰਾ ਕਰ ਦੂੰ ਗੋਲੀ ਨਾ ਚਲਾਇਓ ਗੋਲੀ ਨਾ ਚਲਾਇਓ ਭਾਜੀ ਭੱਜ ਜਾਂਦੀ ਹੁੰਦੀ ਹੈ ਬਸ ਆਉਂਦੀ ਹੁਣੇ ਜੀ ਵੈਸੇ ਮੌਸਮ ਕਮਾਲ ਦਾ ਇਸ ਵਾਰੀ ਬਹੁਤ ਫਰਕ ਪੈ ਗਿਆ ਪਹਿਲਾਂ ਨਾਲ ਪਰ ਥੋੜੀ ਗਰਮੀ ਹੈ ਨਾ ਤੁਸੀਂ ਕਿਵੇਂ ਇੱਥੇ ਪੰਗਤ ਬਣਾ ਕੇ ਬਹਿ ਗਏ ਅੰਦਰ ਟੇਬਲ ਲੱਗੇ ਹੋਏ ਉੱਥੇ ਬੈਠ ਕੇ ਖਾਵਾਂਗੇ ਇੱਥੇ ਚੰਗਾ ਲੱਗਦਾ ਉਹ ਵੀਰ ਜੀ ਅੰਦਰ ਨਹੀਂ ਜਾਂਦੇ ਰਹੇ ਕੌਣ ਰੋਕਦਾ ਆਹ ਵੀਰ ਜੀ ਓਏ ਦੇਰ ਬਿਦਵੀ ਕਿਵੇਂ ਰੋਕਿਆ ਤੂੰ ਜੀ ਸਰਦਾਰ ਜੀ ਆ ਜਾਓ ਆਓ ਜੀ ਪੰਜਾਬ 'ਚ ਮੇਰੇ ਅੰਦਰ ਕੌਣ ਰੋਕ ਜੂ ਤੁਹਾਨੂੰ ਚਲੋ ਆ ਜਾਓ ਲਓ ਜੀ ਪੇਸ਼ ਹੈ ਹੁਸਨਾਂ ਦੀ ਮਲਕਾ ਠੁਮਕਿਆਂ ਦੀ ਰਾਣੀ ਜਿਸ ਦੇ ਠੁਮਕਿਆਂ ਨੇ ਸਾਰੇ ਪੰਜਾਬ ਨੂੰ ਪਾਗਲ ਕੀਤਾ ਹੋਇਆ ਹੈ ਮੇਰੀ ਮੁਰਾਦ ਮਿਸ ਪ੍ਰੀਤੀ 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 ਓ ਕਿੱਥੇ ਮਰ ਗਈ ਤੇਰੀ ਪ੍ਰੀਤੀ ਬਸ ਭਾਜੀ ਚੰਦ ਮਿੰਟ ਸਾਲਿਆ ਫੇਰ ਚੰਦ ਮਿੰਟ ਬਸ ਭਾਜੀ ਗੇਟ ਦੇ ਜੀ ਗਰੁੱਪ ਚੇਂਜ ਕਰਤਾ ਵਾ ਉਹ ਮੈਂ ਕਾਹਨੂੰ ਕੀਤਾ ਬਾਈ ਇਹ ਤਾਂ ਆਪਣੇ ਆਪ ਹੀ ਹੋ ਗਿਆ ਚਲੋ ਜੀ ਫਿਰ ਮੈਂ ਕੁਛ ਖਾਇਆ ਵਾ ਤੁਸੀਂ ਤਾਂ ਝਟਕਾ ਵੀ ਖਾ ਲਿਆ ਸੀ ਮੈਂ ਤਾਂ ਅੱਜ ਤੱਕ ਨਿਰਣੇ ਕਾਲ ਜੀ ਹਾਂ ਠੀਕ ਹੈ ਜੀ ਇੱਥੇ ਤਾਂ ਨਹੀਂ ਸਿਆਣ ਦਾ ਬਾਪੂ ਕੋਈ ਓਏ ਪੁੱਤ ਇੱਕ ਵਾਰੀ ਮਾੜਾ ਜਿਹਾ ਸਿਆਣ ਲੈਣ ਦੇ ਫਿਰ ਦੇਖੀ ਮਗਰ ਮੂਹਰੇ ਕਿਵੇਂ ਭਮੀਰੀ ਵਾਂਗੂ ਘੁੰਮਦੇ ਆ ਲੈ ਲੈ ਵੈਲਕਮ 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 ਨਾ ਜਨਾਬ ਇੰਨੀ ਲੇਟ ਹੋ ਗਏ ਕਿੱਧਰ ਚਲੇ ਗਏ ਸੀ ਪਹਿਲਾਂ ਉਧਰ ਨਾ ਮਾੜਾ ਜਿਹਾ ਘਰ ਚਲੇ ਗਏ ਸੀ ਨਾ ਘਰੇ ਡੋਕੇ ਲੈਣ ਗਏ ਸੀ ਉਹ ਵਿਆਹ ਤਾਂ ਇੱਥੇ ਹੈ ਨਾਲੇ ਕੁੜੀ ਇੱਕੋ ਹੀ ਹੈ ਜਦੋਂ ਮੁੰਡਾ ਇੱਕ ਕੁੜੀ ਵੀ ਇੱਕੋ ਹੀ ਹੋ ਬਾਈ ਪੈਸੇ ਯਾਰ ਪੰਜਾਂ ਦੇ ਲੈ ਲਏ ਇਹਨਾਂ ਨੇ ਹੋਰ ਸਰਪੰਚ ਰਿਹਾ ਨੀ ਤੇਰੇ ਪਿੰਡ ਦਾ ਮਾਨ ਸਨਮਾਨ ਕਰਨਗੇ ਆਜਾ ਲੇਟ ਹੋ ਗਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੇਡੀਓ ਦੀ ਥਾਂ ਤੇ ਓਏ ਡੀਜੇ ਮੇਰਾ ਨਾਮ ਵੀ ਲੈ ਦੀ ਲੈਕਚਰ ਦੇਣ ਲੱਗ ਗਿਆ ਹੁਣ ਤੂੰ ਦੱਸ ਸਰਪੰਚ ਚ ਖੜਾ ਹੋਣਾ ਇੱਥੇ ਬਾਣ ਦੇ ਮੰਜਿਆਂ ਦੀ ਥਾਂ ਤੇ ਸੋਹਣੇ ਸੋਹਣੇ ਸੋਫਾ ਸੈੱਟ ਓਏ ਮੇਰਾ ਨਾਂ ਵੀ ਲੈ ਦੇ ਚੁੱਪ ਕਰ ਤੇ ਪਿੰਡ ਦੀਆਂ ਧਰਮਸ਼ਾਲਾ ਦੀ ਥਾਂ ਤੇ ਆ ਮਹਿਲ ਵਰਗਾ ਮੈਰਿਜ ਪੈਲੇਸ ਸੱਚੀ ਸੱਚ ਪੁੱਛੋ ਤਾਂ ਆ ਸਾਰਾ ਕੁਝ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਗੱਲ ਸੁਣੋ ਕੁਝੀਆਂ ਨੇ ਵੈਨ ਪਾਉਣੇ ਬੰਦ ਕਰ ਚੱਲ ਡਾਂਸ ਸ਼ੁਰੂ ਕਰਨੀ ਚਲਾਵਾਂ ਗੋਲੀ ਕੀ ਮਤਲਬ ਉਹ ਮਤਲਬ ਨੱਚੋ ਕਿਉਂ ਓ ਯਾਰੀ ਨਾਲ ਜਿਨ੍ਹਾਂ ਦੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ ਓ ਯਾਰੀ ਨਾਲ ਜਿਨ੍ਹਾਂ ਦੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ ਗੁੱਸਾ ਰਿਹਾ ਸੁਭਾਅ ਕੁੜੇ ਓ ਤੂੰ ਨੱਚੋ ਆ ਕੀ ਮੈਨੂੰ ਲੱਗਦਾ ਮੇਰੇ ਵਾਲਾ ਬੰਦਾ ਸਹੀ ਨਿਕਲਿਆ ਇਹ ਤਾਂ ਸੱਚੋ ਹੀ ਨੱਚਣੀਆਂ ਉਹ ਬੁੜੇ ਨੇ ਕਿਤੇ ਸਰੀ ਚਾਰ ਕੈਸਟਰ ਇੱਥੇ ਨਹੀਂ ਖੋਲ ਰੱਖਿਆ ਕਿਤੇ ਸਾਈ ਉੱਥੋਂ ਹੀ ਫੜ ਕੇ ਲਿਆ ਹੋਵੇ ਉਹ ਹਾਰ ਜਾਓ ਬਾਬਾ ਦੇ ਦੇ ਓਏ ਛੱਡ ਦੇ ਉਹ ਨੋਟ ਛੱਡ ਦੇ ਨੋਟ ਬਾਬਾ ਛੱਡ ਦੇ ਮੈਂ ਤੈਨੂੰ ਕਿਹਾ ਨੋਟ ਛੱਡ ਦੇ ਬਾਬਾ ਨੋਟ ਛੱਡ ਦੇ ਪਾੜ ਜੂ ਮੈਂ ਤੈਨੂੰ ਦੱਸਦੀ ਗੱਲ ਮੈਨੂੰ ਲੱਗਦਾ ਇਹਨੇ ਆਹੀ ਸੱਭਿਆਚਾਰ ਸਾਂਭਿਆ ਉੱਥੇ ਵੀ ਕਿਤੇ ਹੁਣ ਇਹ ਨਾ ਗਾਉਣ ਲੱਗ ਜੇ ਆ ਬੈਠ ਬੁੜੇ ਦੇ ਟਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨੀ ਜੇ ਮੈਨੂੰ ਪਹਿਲਾਂ ਦੱਸ ਦਿੰਦੇ ਵੀ ਇੱਥੇ ਆ ਕੇ ਨੱਚਣਾ ਹੈ ਮੈਂ ਘਰੋਂ ਇੱਕ ਮੁੰਡਾ ਪੈਸੇ ਚੱਕਣ ਵਾਲਾ ਨਾ ਲੈ ਆਉਂਦਾ ਦੇਖ ਕਿੰਨੀ ਰਕਮ ਖਰਾਬ ਹੋ ਰਹੀ ਹੈ ਨੱਚਣਗੇ ਸੈਡ ਸੌਂਗ ਬੰਦ ਕਰੋ
सैड सॉन्ग लाना सैड सॉन्ग है नहीं भाजी सैड सॉन्ग है नहीं जट गाऊ चिट्ठी है नी चिट्ठी नी हंजुआ ने लिखी है चिट्ठी है नी चिट्ठी हंजुआ ने ओ बीट सॉन्ग ला यार आ किने क्या बीट कराली बेचती जे मैं चीजा होंदा एक कदा मेरा साला ठोकया होंदा क्या फेर ठोका ठोक दे पुत्री गुलाब से बचा लेने नू कहते ना हो स्टेज की सारा टब्बर शहीद है भाजे भज ल मेरा इच की कसूर है नहीं नहीं कसूर थोड़ा नहीं थोनू जमन नाले दा है जो सानू इत्थे लेके आया ओ खड़ जा तमल के बड़ी काल कर दी है हौली तुरला पीटी उषा बजेगी कासे च ओ यार अपना जवाक रोल जू मेरी गल सुन ला फिक्र ना करो आजा लेट्स गो जवाक भी मैं नाल ही लेके जा रही हां शराबियां ने मार मार ठुमके मेरे पासे पंते मेनू ना रोके हुन मन लई दी हुंदी है किसे दी मैं जा रही हां ओ चंगा ते जाना लीड़े दा बदला क्यों जुलूस कड़ा है क्यों क्यों बदला पिंड वाले नु भी तो पता चले किन्ने दा कल्चर कनेडा जा रिया ओ मन्नी नहीं हुंदी है ओ यार तू समझा ओदी मन ओ थोड़े चक्कर च मां नहीं मरौनी मैं आपदी दैट्स राइट लेट्स गो ਉਹ ਚਾਰਜਰ ਚੱਕ ਲਿਆ ਸੀ ਉਹ ਰਾਤ ਭੁੱਖ ਲੱਗੂ ਪਰੌਂਠੇ ਬੰਨਦੇ ਆ ਹਾਂਜੀ ਹੁਣ ਤੁਸੀਂ ਵੀ ਕੁਛ ਕਹਿਣਾ ਕੁਛ ਬੰਦੇ ਗਲਤ ਹੋਣ ਨਾਲ ਸਾਰਾ ਪੰਜਾਬ ਗਲਤ ਨਹੀਂ ਹੋ ਸਕਦਾ ਤੇ ਕੁਛ ਬੰਦੇ ਸਹੀ ਹੋਣ ਨਾਲ ਸਾਰਾ ਪੰਜਾਬ ਵੀ ਸਹੀ ਨਹੀਂ ਹੋ ਸਕਦਾ ਬਾਪੂ ਜੀ देखो शर्त मुताबक जे बहुत दिन बाकी ने ते पंजाब च चंगा भी बहुत कुछ बाकी है बाकी चलो ना क्यों फायरिंग करी जाना है ठठा हुंदा खक्खा खक्खा गग्गा गग्गा नन्ना नन्ना अन्ना पप्पा ओ लवी उठ पुत तेन जामना ते अमरूद खवा के लेवा ओ दादू पहले ही मरूंडा ते पट्ठी वाले दाने खवा खवा के मेनू रजाता और ना किते जामना ते अमरूद खवा के ढिड दुखन ला दियो मेनू सौण दो इधर नहीं दुखदा तेरा ढिड ओए गुलाब हां जी तू भी चल ਬਾਜੀਆ ਲੱਲੇ ਪੈਰ ਲਾਇਆ ਬੋਲ ਵਾਲੀ ਲੈਨ ਰਹਿ ਗਈ ਤੂੰ ਹੁਣ ਕਹਿ ਰਹੀ ਅਧਿਆਪਕ ਬਣ ਕੇ ਬਹਿ ਗਿਆ ਮੇਰੇ ਪੋਤੇ ਨੂੰ ਜਾਮਣਾ ਦੇ ਅਮਰੂਦ ਖਵਾਉਣੇ ਆ
तू तो कि चीकू ना खवा ले इन ये कराऊ निरने काल चे बेचते हल्या कुछ खान नू दे जा रहा चावल बनावत रहन जे चौलों तो उपर ना उठे हो उस साग तो उपर नहीं उठते तू चौलों तो आ जामना तोता ही ना टोके जाने जी कितने गिड़के ही रह जाने पल्ले चलो चलिए उठो जी चाह पियो जिन्नी सोहनी अज लग रही है ना इन्नी तां विआह वाले दिन भी नहीं सी लगदी मिठा चेक कर लो जांदी जांदी दो फूका मार दी मिट्टी दा आपे हो जू ओ हेलो हेलो मम्मी या तो अपना मंजा कोठी दे डाले करो या मेरा बाहर बीच डा दिया करो मैं तो हाल अच्छे जे देखे नहीं जांदे जा जा ना जाके हां मैं तो नालो दादू ना जाके मोटर ते तुसी डालो जिथे डाणा मंजा चलिए फिर मोटर ते मुक्का मारा अख मार जा हाय वे कुछ और क्यों नहीं मंगे आज कमलिया अन्न वाली थाऊ ते किन्ने मकान बन गए हां जी आ इधर वाले बैदवाना दे खेत नहीं सी हां जी इन्होंने जमीन बेचती सी किसी ने इहदे ते कलोनी कटती हां पैसा बाला आ गया इन्हां कोले मुंडे नशे ते लग गए बड़ियां बड़ियां गड्डियां ले लिया फुकरपणे च हुण उहनां गड्डियां जी तेल पाउण वास्ते आप किसी दे दिहाड़ी करदे फिरदे ने मैनूं तां इह समझ नहीं आउंदी ਵੀ ਜ਼ਮੀਨਾਂ ਵੇਚ ਵੇਚ ਕੇ ਲੋਕ ਸ਼ਹਿਰਾਂ ਵੱਲ ਕਿਉਂ ਭੱਜੀ ਜਾਂਦੇ ਨੇ ਓਏ ਪੈਸੇ ਦੇ ਮੱਤ ਮਾਰਦੀ ਲੋਕਾਂ ਦੀ ਇਹ ਜ਼ਹਿਰ ਕਿੰਨੇ ਹੀ ਪਿੰਡ ਨਿਕਲ ਗਿਆ ਹੋਰ ਪਤਾ ਨਹੀਂ ਕਿੰਨੇ ਕੁ ਨਿਕਲੂ ਆ ਕੌਣ ਬੜੇ ਫਿਰਦੇ ਖੇਤਾਂ ਚ ਕਿਤੇ ਤੁਸੀਂ ਤਾਂ ਨਹੀਂ ਕਿਸੇ ਤੋਂ ਬਿਆਨਾ ਫੜੀ ਬੈਠੇ ਕਿਹੜੇ ਓਏ ਕੌਣ ਹੈ ਇਸ ਜ਼ਮੀਨ ਦੇ ਮਾਲਕ ਨੇ ਅੱਛਾ ਓਏ ਰੁਕੋ ਆ ਕੀ ਕਰ ਰਹੇ ਹੋ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਲੱਗੇ ਹੋ ਕਬਜ਼ਾ ਨਹੀਂ ਜਨਾਬ ਮਿਹਨਤ ਹੀ ਕਰ ਰਹੇ ਹਾਂ ਕਾਹਦੀ ਮਿਹਨਤ ਹਾਈਵੇ ਕੱਢ ਰਹੇ ਹਾਂ ਜੀ ਤੁਹਾਡੀ ਜ਼ਮੀਨ 'ਚ ਐਂ ਕਿਵੇਂ ਨਿਕਲ ਜੂ ਤੇਰਾ ਹਾਈਵੇ ਮੇਰੀ ਜ਼ਮੀਨ 'ਚੋਂ ਪਿਓ ਦਾ ਰਾਜ ਹੈ ਪਿਓ ਦਾ ਨਹੀਂ ਸਰਕਾਰ ਦਾ ਰਾਜ ਹੈ ਜੀ ਗੱਲ ਸੁਣ ਓਏ ਮੇਰੀ ਜ਼ਮੀਨ ਹੈ ਪਹਿਲਾਂ ਮੈਥੋਂ ਪੁੱਛੋ ਸਰਕਾਰ ਸਾਲੀ ਲੱਗਦੀ ਹੈ ਸਾਲੀ ਦਾ ਤਾਂ ਪਤਾ ਨਹੀਂ ਜੀ ਉਹ ਸਰਕਾਰਾਂ 'ਚ ਕਿੱਦਾਂ ਸਾਲਾ ਜ਼ਰੂਰ ਹੁੰਦਾ ਉਹ ਤਾਇਆ ਸਰਕਾਰ ਪੁੱਛਦੀ ਨਹੀਂ ਹੁੰਦੀ ਦੱਸਦੀ ਹੁੰਦੀ ਆ ਆਪਣੇ ਗਵਰਨਮੈਂਟ ਤੁਸੀਂ ਮੈਨੂੰ ਐ ਦੱਸੋ ਵੀ ਜਿਹੜਾ ਤਾਏ ਦਾ ਬਾਣ ਤੁਹਾਡਾ ਹਾਈਵੇ ਤਾਏ ਦੇ ਬਾਣ ਦੇ ਵਿੱਚ ਦੀ ਛੁਕਦਾ ਜਾਊਗਾ ਜਮਾ ਹੀ ਵਿੱਚ ਦੀ ਤਾਇਆ ਉਹ ਤੂੰ ਤਾਂ ਪਾ ਲੁੱਟੀਆਂ ਤੇਰਾ ਤਾਂ ਲੱਗ ਗਿਆ ਦੋਨੇ ਪਾਸੇ ਫਰੰਟ ਗੱਪਾ ਕਿੜਿਆ ਜਾ ਮਰ ਜਾਏਗਾ ਮੈਥੋਂ ਇਹ ਦੋਨੇ ਪਾਸੇ ਕਿੰਨੀ ਕੁ ਬਚੂ ਜੀ ਜ਼ਮੀਨ ਉਹ 3 ਫੁੱਟ ਇੱਧਰ 3 ਫੁੱਟ ਇੱਧਰ ਚਲੋ ਗਮਲੇ ਰੱਖਣ ਜੋਗੀ ਤਾਂ ਬਚ ਗਈ ਜੀ ਗਮਲੇ ਆਹੋ ਜੀ ਹੁਣ 3 ਫੁੱਟ ਦੇ ਵਿੱਚ ਆਪਾਂ ਬਾਸਮਤੀ ਬੀਜਣੋਂ ਤਾਂ ਰਹੇ ਦਾਦੂ ਜੀ ਫੜਿਓ ਮੜਾ ਜਿਹਾ ਖੁੰਡਾ ਹੁਣ ਤੁਸੀਂ ਐਂ ਕਰਿਓ ਜਾਮਣਾ ਤੇ ਅਮਰੂਦ ਵੀ ਨਾ ਗਮਲੇ 'ਚ ਬੀਜ ਲਿਓ ਮੈਂ ਚੱਲਿਆ ਤਾਇਆ ਗੁੱਸਾ ਨਾ ਕਰ ਹੁਣ ਤੈਨੂੰ ਪਰਚੀਆਂ ਵੀ 2 ਕਟਾਉਣੀਆਂ ਪੈਣੀਆਂ ਤੇਰੇ ਕੰਨ ਤੇ ਥੱਪੜ ਵੀ 2 ਹੀ ਪੈਣਗੇ ਭੌਂਕੀ ਜਾਣਾ ਚੱਲੀ ਆ ਪੰਗਾ ਓਏ ਆਪਾਂ ਕਿਸੇ ਹੋਰ ਦੀ ਪਾ ਓਏ ਗਲਾਸਿਆਂ ਜੀ ਕਰਵਾ ਪੰਚਾਇਤ ਇਕੱਠੀ ਕਰਾਉਣਾ ਜੀ ਬਣਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇੱਕ ਪਿੰਡ 'ਚ ਓਪਰਾ ਜਿਹਾ ਬੰਦਾ ਫਿਰਦਾ 5-6 ਵਾਰੀ ਮੇਰੇ ਕੋਲੇ ਆ ਗਿਆ ਕਹਿੰਦਾ ਪਿੰਡ ਦੇ ਵਿੱਚ ਇਕੱਠ ਰੱਖੋ ਮੇਰੇ ਤੋਂ ਭਾਈ ਵਾਰ ਵਾਰ ਸੂਚਨਾ ਨਹੀਂ ਹੁੰਦੀ ਤੁਸੀਂ ਪਿੰਡ ਦੀ ਭਾਈ ਦੇ ਵਿੱਚ ਸਾਰੇ ਨਗਰ ਨਿਵਾਸੀ ਪੂਰਾ ਇਕੱਠ ਨਹੀਂ ਹੈ ਤਾਂ ਤੁਸੀਂ ਜਿਹੜੀ ਵੀ ਗੱਲ ਕਰਨੀ ਇਹਨਾਂ ਨਾਲ ਹੀ ਕਰ ਲਓ ਇਕੱਠ ਨੂੰ ਆਪਾਂ ਕਿਹੜਾ ਜਗਰਾਤਾ ਕਰਾਉਣਾ ਕਿਤੇ ਵੀ ਨਾ ਚਲੇ ਜਾਣ ਉਹ ਇਹਨੂੰ ਕਹਿ ਸ਼ੁਰੂ ਕਰ ਲਵੇ ਬੰਦੇ ਨੇ ਪਰਚੀਆਂ ਵੀ ਕੱਟਣੀਆਂ ਹੁੰਦੀਆਂ ਢੀਠ ਲੱਗਦਾ ਮੈਨੂੰ ਹਾਂ ਮੱਥਾ ਜਿਹੜਾ ਟੇਕਣਾ ਇਹਨੂੰ ਪਿੰਡ ਵਾਲੇ ਤੀਵੀਆਂ ਨੂੰ ਵੀ ਸਰਪੰਚ ਬਣਾਉਣ ਲੱਗ ਗਏ ਪਿੰਡ ਵਾਲੇ ਕਾਹਨੂੰ ਗੌਰਮੈਂਟ ਨੇ ਪੰਗੇ ਪਾਏ ਹੋਏ ਨੇ ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਕੋਈ ਨਹੀਂ ਆ ਲੈਣ ਦੇ ਮੈਂ ਕੜਦਾ ਇਹਦੀ ਸਰਪੰਚੀ ਲੱਭਿਆ ਆ ਇਹਦੇ ਕੜਲ ਕੱਢੂ ਓਏ ਪੱਕਾ ਨਗਰ ਨਿਵਾਸੀਓ ਇਹ ਰੋਡ ਨਹੀਂ ਨਿਕਲ ਰਹੀ ਜ਼ਬਰਦਸਤੀ ਸਾਡੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ ਸਾਰੇ ਨਗਰ ਨਿਵਾਸੀ ਰਲ ਕੇ ਫੈਸਲਾ ਕਰ ਲਓ ਕਿ ਕਿਸੇ ਹਾਲ 'ਚ ਵੀ ਜ਼ਮੀਨ ਨਹੀਂ ਵੇਚਣੀ ਇਹ ਸਰਕਾਰ ਦੀ ਸਿਆਸਤ ਹੈ ਤੁਸੀਂ ਅਨਪੜ ਭੋਲੇ ਲੋਕ ਹੋ Nobody is innocent illiterate Dil Singh She is absolutely right I am PhD in English and still didn't have a job 350 ਰੁਪਏ ਦਿਹਾੜੀ ਪਿੱਛੇ ਚੌਂਕ 'ਚ ਖੜਿਆ ਰਹਿੰਦਾ ਸੀ ਅੱਜ ਵੇਖ ਵੇਚ ਕੇ ਜ਼ਮੀਨ ਨਾਲੇ ਕਰੀ ਦਿਆ ਪੋਲਿਟਿਕਸ ਤੇ ਨਾਲੇ ਲੈ ਲਈ ਗੱਡੀ ਅਨਛੱਤਰ ਸਿੰਘ ਨੂੰ ਦੇਖ ਲਓ
करजे तो तंग आके फा लैण नूं फिरदा सी। जमीन बेच के पहला लाया करजा फिर नहीं कढ़ी। ते जरनैल सिंह नूं देख लो, एदी कुड़ी कोठे जिड्डी हो गई सी। दहेज करके ब्याह नहीं हुंदा सी। जमीन वेच के पहला ब्याही कुड़ी ते फेर नहीं कढ़ी। मैनू मसले घट ते गड्डी ज्यादा सुन रही है। मैं ते कहंदा बन जानी चाहिदी है सड़क, क्योंकि जिन्नियां इन्हां ने गड्डियां ले लिया चलनियां ते सड़क ते ही है। क्यों ना वेचे जमीन, क्यों ना वेचिए? दसो क्योंकि जमीन जट दी मां हुंदी है। अच्छा, जमीन जट दी मां हुंदी है, ता अपनी मां नूं केड़े प्यो दे आसे छड़ के गया सी कनेडा? दस तू बोल, हुण की मुंह च घुघनियां पै गईयां? चलो इहदा बकवास मारी जांदा, ओए जरूर बोलदा। चलो चलो, तुसीं की लैणा? आपनी सकी मां नूं छड़ के? ओ रुको यार, ओ रुको पिंड वालो, मैं थोड़े फायदे वास्ते आया इत्थे, इहदियां गल्लां च ना आओ। लो जी, ਇਹਦਾ ਤਾਂ ਹੋ ਗਿਆ ਬਈ ਕੰਮ ਕੜੇ ਚ, ਪੰਡਾਲ ਖਾਲੀ ਹੋ ਗਿਆ। ਹੋਰ ਉਹ ਜਿੱਦਾਂ ਦਾ ਭਾਸ਼ਣ ਸੀਗਾ ਖਾਲੀ ਹੋਣਾ ਸੀ। ਹੁਣ ਤਾਂ ਇਹਨਾਂ ਨੂੰ ਵੀ ਗੱਡੀ ਬੁੱਕ ਕਰਾ ਲੈਣੀ ਚਾਹੀਦੀ ਹੈ। ਸਰਪੰਚ ਸਾਹਿਬ ਚੱਲੀਏ ਜਾਂ ਹੋਰ ਮਾਨ ਸਨਮਾਨ ਕਰਾਉਣਾ? ਮੇਰੇ ਹਿਸਾਬ ਨਾਲ ਤਾਂ ਬਹੁਤ ਹੋ ਗਿਆ। ਕੋਈ ਗੱਲ ਨਹੀਂ, ਪਿੰਡ ਵਾਲੇ ਮੇਰੇ ਨਾਲ ਨਾ ਸਹੀ, ਮੇਰੀ ਔਲਾਦ ਤਾਂ ਮੇਰੇ ਨਾਲ ਹੈ। ओए बापू, जमीन बेचती रोड नंगी, अज तू बाद खुशी वाली गल कड़ी हो सकती है? खुशी खुशी नू मैं हुण खुसरे नचण ला दिया। इत्थे साडी दद्दी पुश्ती जमीन विक रही है, विक। वाह, अज तैनू जमीन दा हेज आ गया। ओदे नहीं सी आउंदा जे तैनू वेच के कनेडा भज गया सी। ਗੱਲਾਂ ਮਾਰਦਾ ਉੱਤੇ ਜਿੱਡਾ ਹੋ ਗਿਆ, ਪਿਓ ਨਾਲ ਗੱਲ ਕਰਨੀ ਨਹੀਂ ਆਈ, ਤੂੰ ਰਾਣੀ ਨਾਲ ਹੀ ਗੱਲ ਕਰਨੀ ਪਊ। ਪਰ ਬਾਪੂ ਜੀ, ਆਪਾਂ ਜ਼ਮੀਨ ਇੱਥੇ ਰੱਖ ਕੇ ਕਰਨਾ ਵੀ ਕੀ ਆ? ਜ਼ਮੀਨ ਵੇਚ ਕੇ ਘਰ ਦੀ ਕਿਸ਼ਤਾਂ, ਕਾਰਾਂ ਦੀ ਕਿਸ਼ਤਾਂ, ਟਰਾਲੇ ਦੀਆਂ ਕਿਸ਼ਤਾਂ, ਸਾਰੀਆਂ ਟੈਨਸ਼ਨ ਖਤਮ। ਤੇ ਬਚਦੇ ਪੈਸੇ ਨਾ ਖੋਲਾਂਗੇ ਤੁਹਾਡੇ ਲਈ ਪੰਜਾਬੀ ਟਬਾ। ਬੁੜੀ ਸੇਡਾ ਰਲਦੇ ਨਹੀਂ, ਮੰਜਵਾਉਂਗੇ ਪਾਂਡੇ। ਜਦੋਂ ਪਾਣੀ ਗਲਤੀ ਭਰਜੇ ਫਿਰ ਹਥਿਆਰ ਚੱਕਣਾ ਜਾਇਜ਼ ਹੈ। ਪਹਿਲਾਂ ਮਾਰੂੰਗਾ ਪਟਵਾਰੀ ਨੂੰ, ਫਿਰ ਵੱਢੂੰਗਾ ਹਾਈਵੇ ਦੀ ਨਿਸ਼ਾਨਦੇਹੀ ਕਰਨ ਵਾਲੇ ਨੂੰ, ਤੇ ਫਿਰ ਸਰਪੰਚਨੀ ਨੂੰ ਵੱਢ ਕੇ ਜਾਊਂਗਾ ਕਨੇਡਾ। ਓਏ ਗੁਲਾਬਿਆ, ਓਏ ਗੁਲਾਬਿਆ, ਕੀ ਹੋ ਗਿਆ ਸਰਦਾਰ ਜੀ? ਮੇਰਾ ਮਤਲਬ ਕੀ ਹੋ ਗਿਆ ਜੀ, ਹੁਣ ਮਾਰੋਂਗੇ ਕਿਸੇ ਨੂੰ? ਭੋਲਿਆ, ਮੈਂ ਕੀ ਮਾਰਨਾ ਕਿਸੇ ਨੂੰ, ਉਈ ਬਸ ਇੱਥੇ ਤੱਕ ਮਨ ਭਰਿਆ ਪਿਆ ਸੀ, ਚਾਰ ਲਲਕਾਰੇ ਮਾਰ ਕੇ ਮਨ ਹੌਲਾ ਕਰ ਲਿਆ। ਹੁਣ ਮੂੰਹ ਬੈ ਨਾਲ ਭਰਿਆ ਪਿਆ, ਅਗਣਾ ਥਾ ਫੜਦਾਤਣਾ ਵੱਢ ਕੇ ਲਿਆ। ਜੇ ਦਾਤਣੇ ਬਣਾਉਣੀਆਂ ਸੀ ਤਾਂ ਇੰਨਾ ਤਿੱਖਾ ਕਰਨ ਦੀ ਕੀ ਲੋੜ ਸੀ? ਹੈਲੋ, ਸਤਿ ਸ਼੍ਰੀ ਅਕਾਲ ਤਾਇਆ, ਪੈਰੀ ਪੈਣਾ ਭੋਲਾ ਬੋਲਦਾ ਕੈਨੇਡਾ ਤੋਂ। ਹਾਂ ਬੋਲ ਪੁੱਤ। ਤਾਇਓ, ਬਾਪੂ ਦਾ ਨਾ ਫੋਨ ਆਇਆ ਸੀ, ਉਹ ਕਹਿੰਦਾ ਸੀ ਵੀ ਜੇ ਅੱਜ ਕਿਸ਼ਤ ਨਾ ਭਰੀ ਨਾ ਤਾਂ ਬੈਂਕ ਵਾਲੇ ਸਾਡਾ ਟਰੈਕਟਰ ਲੈ ਜਾਣਗੇ। ਤਾਇਆ, ਐ ਕਿਵੇਂ ਲੈ ਜਾਣਗੇ ਟਰੈਕਟਰ? ਮੈਂ ਜ਼ਮੀਨ ਤੇ ਟਰੈਕਟਰ ਜਾਣ ਦਾ ਦੁੱਖ ਬਹੁਤ ਚੰਗੀ ਤਰ੍ਹਾਂ ਸਮਝਦਾ ਪੁੱਤ। ਅੱਛਾ ਤਾਇਆ, ਜੇ ਤੇ ਨਾਲ ਜੇ ਹੋ ਸਕਿਆ ਨਾ ਤਾਂ ਪੂਰੀ ਫੈਮਿਲੀ ਨੂੰ ਘਰੇ ਲੈ ਕੇ ਜਾਇਓ ਤਾਇਆ। ਘਰਦਿਆਂ ਨੂੰ ਹੌਸਲਾ ਹੋ ਜੂ, ਤੇ ਨਾਲੇ ਮੇਰੇ ਬੇਬੇ ਬਾਪੂ ਨੂੰ ਦੱਸਿਓ ਵੀ ਤੁਹਾਡਾ ਪੁੱਤ ਨਾ ਹੁਣ ਕਮਾਉਣ ਲੱਗ ਗਿਆ। ਚਿੰਤਾ ਨਾ ਕਰ, ਮੈਂ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਊਂਗਾ। ਅੱਛਾ, ਮੇਰੀ ਬੇਬੇ ਨੂੰ ਇਹ ਨਾ ਦੱਸਿਓ ਵੀ ਤੇਰਾ ਪੁੱਤ ਉੱਥੇ 18-18 ਘੰਟੇ ਕੰਮ ਕਰਦਾ, ਨਹੀਂ ਤਾਂ ਉਹ ਨਾ ਐਵੇਂ ਮੇਰਾ ਫਿਕਰ ਕਰੂ। ਨਾਲੇ ਇੱਕ ਗੱਲ ਹੋਰ ਤਾਇਆ, ਇਹ ਨਾ ਆਖੀ ਤਾਇਆ ਵੀ ਤੇਰਾ ਪੁੱਤ ਭੁੱਖਾ ਸੌਂਦਾ, ਤੁਹਾਨੂੰ ਪਤਾ ਹੀ ਆ ਵੀ ਭੋਲੇ ਦੀ ਮਾਂ ਨਾ ਭੋਲੀ ਆ। ਚੰਗਾ ਤਾਇਆ। ਚਾਰੇ ਪਾਸਿਓਂ ਜਾਨ ਕੜਕੀ 'ਚ ਫਸੀ ਪਈ ਹੈ,
की करिए की ना करिए कुछ भी समझ नहीं आता। चार छलड़ा पिछे पुत नूं बाहरले मुल्क भेजना पै गया। की दसिए सरदार साहब, भोले नूं कनेडा भेजण लई तीनों किले गहने पाते सी, अज तक नहीं छुड़ा पाए। हुण तां ट्रैक्टर भी जी दा जंगाल बनिया पिया, पता नहीं किहड़े टाइम बैंक वाले आ जाण ते लै जाण। पंज सालां तों पुत दा मूंह नहीं देखिया, उत्तों जमीन विक रही है। भी जी की लोड़ सी जमीन गहने रखे मुंडा बाहर भेजण दी? ये सारिया मुसीबत तो तुसी आप ही गल पाई हुई ने। बिल्कुल सही कह रही है। मैं दस दिन थोड़े को जी जमीन रह गई ना वेच दो, नाले थोड़ा करजा ले जू, जेडे उत्ते पैसे बच गए वह खोल लो ढाबा। शाबाश, मैथों तो भांडे मजवाने लगे सी, घट्टो घट इन्हों की तो शर्म करो। भैने इन्हों मेरी गल सुन, किधर नहीं जाता थोड़ा ट्रैक्टर? थोड़े पुत ने जिहड़ी दिन रात मेहनत की है ना, हा कमाई है उहदी। लो अपने पुत की कमाई। भागा वाले हो तुसी, जिन्हां दे करे भोले वर्गा पुत है। तेरी मेरा रब्बा सुनदा, भोले वर्गा पुत परमात्मा सब नूं देवे। आ कौन है? ए जी मेरा दूजा पुत है। एहो जिहा पुत परमात्मा किसे नूं ना देवे। ए ओही वाले वीर जी नहीं लगते? मैनू भी ओही लगदा। ए तां उद्दे वाली भैण लगदी है ओए। मैनू लगदा तां लांभा लैके आ गया ओए। मैं तां इहनूं सियाणी समझदा सी, ए तां जमी नलायक निकली। पहला लत्त तोड़ते हुण लांभा लैके आ गए। चल चलियो थाने। चल ओ लांबा नहीं, पैसे लेके आए ने। पैसे? अच्छा पैसे नहीं डाले ने? देखी 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 अपने धीए वर्गे साग पुत तो पैसे लगाउंदा। लिया दे दे बाबला, मैं संभाल लेना पैसे। हो दे दे। ओ एक पुत्तिया, जे तू ये पैसे लेके आया ना तो बैंक वाले ट्रैक्टर ले जाणगे। जे मैं पैसे ना दिते चिट्टे वाला मेरा बुलेट ले जू। ਘਰ ਦੇ ਦਰਵਾਜ਼ੇ ਵੀ ਲਵਾਉਣੇ ਆ। ਮੈਂ ਬੁਲਟ ਦੇ ਲਾਈ ਵੀਲ ਵੀ ਪਵਾਉਣੇ ਆ। ਇੱਕ ਗੱਲ ਸੁਣ ਲੈ, ਤੇਰਾ ਬੁਲਟ ਵਿਕਦਾ ਵਿਕ ਜਾਏ ਪਰ ਮੈਂ ਟਰੈਕਟਰ ਵਿਕਣ ਨਹੀਂ ਦੇਣਾ। ਟਰੈਕਟਰ ਵਿਕਦਾ ਵਿਕ ਜਾਏ ਬੁਲਟ ਨਹੀਂ ਵਿਕਦਾ। ਜੇ ਟਰੈਕਟਰ ਵੇਚਦਾ ਤਾਂ ਤਵੀਆਂ ਬੁਲਟ ਮਗਰ ਪਾਏਗਾ। ਚੱਲ ਛੱਡ ਬਾਪੂ, ਸੋਚ ਨਾ, ਦੇ ਦੇ ਪੁੱਤ ਨੂੰ ਪੈਸੇ ਦੇ ਦੇ। ਉਹ ਤੂੰ ਪਰੇ ਮਾਰ ਕੰਜਰਾ, ਹੁਣ ਬੈਠੂ ਮੈਂ ਤੇਰਾ ਬੁਲਟ। ਹੈਲੋ ਸਨੀ, ਵਿਕਦੋ ਬੁਲਟ ਨਹੀਂ ਵਿਕਦਾ ਕਰ ਕੰਜਰਾ ਤੇਰੀ ਮਾਂ ਦੀ। ਚੱਲਦਾ ਪਰਾ ਤੈਨੂੰ ਮੁੰਡਿਆ, ਉਹ ਤੂੰ ਆ ਕਰਮ ਚ ਲੱਗਿਆ ਅੱਜ ਮੈਂ ਚੱਲਦਾ ਤੇ ਤੂੰ ਮਰੀ। ਮਾਤਾ ਮਾਤਾ ਮਾਤਾ
दे काग खा गए मेरी आटे दी चिड़ी इक दर्द दे गए ने हाय इक दर्द दे गए ने मेरी रू खिड़ी खिड़ी नू समया दे काग खा गए मेरी आटे दी चिड़ी नू साजिशां दे रिश्ते शिकार हो गए दम तोड़ गईयां सदरां सुफने बीमार हो गए लगदा है साजिशां दे रिश्ते शिकार हो गए दम तोड़ गईयां सदरां सुफने बीमार हो गए हंस हंस के कंधा दे रहे सबरां दी सब सीढ़ी नू इक दर्द दे गए ने हिम्मत भी नहीं रही इक दर्द दे गए ने मेरी रूह खिड़ी खिड़ी नू समया दे काग खा गए मेरी आटे दी चिड़ी नू सुटिया किसने आके खेती का पाखिड़ी नू समया दे काग खा गए मेरी आटे दी चिड़ी नू जमीन दे पेपर ने ते टिकट करा रहा है आपां वापस जा रहे हैं बापू जी हफ्ता हैगा ता है हाले रह पेंदे मसा ता आए ना मैं तो होर ठोकरा चलिया नहीं जानिया क्योंकि मेरी सुपने वाली अख च बहुत ही हो गया थोड़ा सभ्याचार मेले योगदान ही पा जाओ चंगा लगूगा ले। ओ बल्ले ताया खुश कीता
ताया अभी तो 11,000 की आस लैके आए सी, तुसी तो बाबा पैसे देते। वैसे इन्ना कि तुहाडा बनदा भी है पैसा। पैसे ने तो साडियां ज़मीरां ही मारतीआं। पैसा तो मैं बाहरों जाके होर भी भेज दूं, विरसा बचा के रखे हो अपना। ओ ताया विरसे की चिंता ना कर, तू आउंदी बारी थोड़े बुजुर्ग दे नाते मेला करा देना। गुलाब अज तो जिम्मेवारी तेरी। आसाम लवी कित्थे? लवी की लभदा बेटा? दादू मैं कुछ लभ रही हां, तुसी चलो मैं 2 मिनट च आया। ओ तो तेरे मम्मी पापा गड्डी च उड़ीक रहे ने, चलो बेटा। दादू मैं आना बस। ओ पुत सुनया नहीं तेनू? ओए इत्थे कुछ नहीं तेरा, की लभदा तू? दादू मैं किसी नु प्रॉमिस कीता, मैं कुछ लभ रहा। वो तेरा कुछ नहीं है ता की लभ रहा? तू कसमा सुने नहीं तेनू? दादू तुसी चलो बस, मैं 2 मिनट चाहिए, मैं कुछ लभ रहा। मैं रेवटा मारना तेरे कान ते, की लभदा? जिद क्यों करदा इत्थे? कुछ नहीं तेरा। दादू मैं आटे दी चिड़ी लभ रहा। इक दर्द दे गए ने उठगी पुत, उठ के गई कित्थे? दादू तुसी मेरे नाल स्कूल जाया करो, इत्थे बैठे बोर नहीं होंदे। मैं कुछ खान नू ले आवां। ओ सच, तुसी कुछ खांदे भी नहीं ना कुछ बोलदे। मम्मा तुसी तो कुछ बोलो, पापा तुसी कुछ बोलो। देखो मैं तुहाडे लिए नवा हाउस बनाया। दादू तुसी चुप क्यों हो? कुछ तो बोलो। दादू मेरे ना बोलो, दादू प्लीज बोलो। पापा तुसी बोलो, मम्मा तुसी बोलो ना। मेरा गल्ला करन नु दिल करदा, मेरे कल्ले तो जी नहीं लगदा। मम्मा प्लीज। I'll kick my
मेरा पुत टॉयज नाल नहीं खेडना पुत पापा खेडणगे सिर नाल ठीक है मेरा बच्चा पुत पापा गंदे है ना नहीं गंदे है पुत पापा सैफी सैफी गल सुन सैफी तू मेरे ना गल क्यों नहीं करदी मैनू ना बुला मैं तेरे नाल गुस्से हां गुस्से का तू क्योंकि तू मेरे लिए आटे दी चिड़ी नहीं लेके आया ओ था उड़ गई उड़ के गई किथे पता नहीं किते नहीं उड़ी अपने नाल ही उड़ के विदेशां च आ गई सी पर आपां ही इहनूं महंगी खिडौणियां दे चक्कर च भुल गए सी आ लो आटे दी चिड़ी आटे दी चिड़ी चल सैफी साम के सुट ना दियो नहीं सुटता मम्मी ना दिए इन्ना मसूमा नूं झूठियां कहानियां ना सुना झूठियां कहानियां सच च बदल सकदियां ने जे आप अपनी जिम्मेवारियां तो ना भजिए बापू जी ये टाइम भजन का नहीं संभालन का है नाले बापू जी जे पैसे दे के सभ्याचार बचता तो अपना सभ्याचार दुनिया का सब तो अमीर सभ्याचार होना सी नाले कुछ जिम्मेवारियां आपां अपने मोढ़ियां ते आप चकनिया पैनिया एडे वड्डे मुल्क नूं आपां कल्ले किवें सुधार लांगे जे आप मुल्क नहीं सुधार सकते तो अपना पिंड तो सुधार सकते हैं ना जे अज आप अपने घर ना संभालिया तो चुल्हिया च का उग जाएंगे तो जेडे बचे पिंड आ वह खंडर बन जाएंगे मतलब मतलब आप फिर पंजाब जा रहे हैं जी ओ बल्ले हो थोड़े वो जायदा तो तुसी पास ही बना लिया लगता बी पहले टैची है जे खुले नहीं दूजे फिर बन ले बाले स्याणे हो पिंड जाके अपना पिंड सुधार लो सानू खिच खिच भेजो सैल्फिया तो साडा सीना सड़े ऐ हुण दिने आ क्यों निशा ओ तैयार तैयार होने की है भाभी का पहले ही प्रिंट बनी करती ओ भरा रहन दे प्रिंट का पहला ही मसा डंग कढ़िया मैं जे सारे जाने आपो अपना पिंड सुधार लैन ना पंजाब फिर सोने की चिड़ी बन जूगा डैडी जी हो जो तैयार चलिए इंडिया है वे किवें चलिए मेरा वो कम तो किया नहीं किड़ा कम ओही ओही किड़ा यार जेड़ा तू कहता सी मैं कुछ नहीं कहा ओहो खुरकुन दिया ना के जाना है ना के तो चिड़ी पे जजू ओ तू कहता सी के सफर लम्मा है चिड़ी थक जू मेरी मसाज तो विच ही रह गई ना महाराजा दिलीप सिंह लगे आ पौन लंदन तो चल लामा खबर बदन दी मैं जेड़ा हो गया गैर हवाले धरती पंजाब दी ते सिरजना सुरग लख के मूरे रणजीत सिंह दे मैं सुपने करने झांजर खुशियां दी हुण झांजर खुशियां दी हुण झांजर खुशियां दी सणक दी दिसणी है हर पासे मैनू दिसण चेहरे आते चार चुफेरे हासे हासे नचण मुटियारा भी गाव गबरू हो दूरे रणजीत से आउंदे मैं सुपने करने हैं सब पूरे रणजीत से आउंदे मैं सुपने करने हैं सब पूरे नौ हजार घट है जी
ਓ ਜੀ ਚੱਲ ਗਏ ਚੱਲਣ ਨੂੰ ਨੋਟਾ ਦੇ ਟਾਇਰ ਲੱਗੇ ਹੋਏ ਸੀ ਓਏ ਠੇਕੇ ਟੁੱਟੇ ਸੀ ਸਮਝੋ ਜੀ ਕਰਨੇ ਖਤਮ ਸਾਰੇ ਕਰਨੇ ਖਤਮ ਸਾਰੇ ਯਾਰ ਸਮਝ ਗਏ ਕਰਨੇ ਖਤਮ ਸਾਰੇ ਜਾਤਾਂ ਪਾਤਾਂ ਦੇ ਸਭ ਰੌਲੇ ਕਰ ਜਾਂਦੇ ਬੋਝ ਲਾ ਕੇ ਹੋ ਜਾਣ ਲੋਕ ਫੁੱਲਾਂ ਤੋਂ ਹੌਲੇ ਇੱਕ ਜਗ੍ਹਾ ਬਿਠਾ ਦੇਣੇ ਮੈਂ ਸਭ ਕਾਲੇ ਗੋਰੇ ਪੂਰੇ ਰਣਜੀਤ ਸਿਉਂਦੇ ਮੈਂ ਸੁਪਨੇ ਕਰਨੇ ਹੈ ਸਭ ਪੂਰੇ ਪੂਰੇ।